ਸਵਾਗਤ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਅਤੇ ਗੱਲ ਇਹ ਆ 24 ਘੰਟਿਆਂ 'ਚ ਕਈ ਕੁਛ ਵਾਪਰਦਾ ਅਤੇ ਉਹ ਅਸੀਂ ਆਪ ਜੀ ਦੇ ਸਨਮੁੱਖ ਰੱਖ ਦੇਈਦਾ। ਮੈਂ ਹਾਂ ਗੁਰਪ੍ਰੀਤ ਸਿੰਘ ਸੰਧਾ ਵਾਲੀ ਆ ਅਤੇ ਨਾਲ ਹੁੰਦੇ ਨੇ ਪਰਮਵੀਰ ਸਿੰਘ ਬਾਠੂਰੀਆਂ। ਅੱਜ ਵੀ ਬੰਦਾ ਜਿਉਂ ਦਾ ਤਿਉਂ ਹਾਜ਼ਰ ਹੈ। ਕੀ ਹਾਲ ਨੇ ਵਾਟ ਸਾਹਿਬ? ਚੜ੍ਹਦੀ ਕਲਾ ਸੰਧਾ ਵਾਲੀਆ ਸਭ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਅੱਜ ਬੜੇ ਐਂ ਲੱਗਦੇ ਤਾਂ ਪੂਰੇ ਪ੍ਰਸ਼ਾਦਾ ਛਕੇ ਹਨ, ਪੂਰਾ ਜਿੰਨਾ ਚਾਹੀਦਾ ਹੁੰਦਾ। ਹਾਂ ਮਤਲਬ ਪੂਰਾ ਮਿਲ ਗਿਆ ਹੁੰਦਾ, ਪੂਰਾ ਮਿਲ ਗਿਆ। ਮੈਂ ਇਹ ਝੱਗਾ ਮਤਲਬ ਤਾਂ ਕਿਤੇ ਧੁੱਪ ਗਿਆ ਅਤੇ ਥੋੜ੍ਹਾ ਜਿਹਾ ਥੋੜ੍ਹਾ ਝੱਗਾ ਘੱਟ ਗਿਆ, ਥੋੜ੍ਹਾ ਜਿਹਾ ਹੋ ਗਿਆ ਵੀ ਮੈਂ ਵੱਧ ਗਿਆ ਹੋਵਾਂ, ਬਰਾਬਰ ਜਿਹਾ ਹੋ ਗਿਆ, ਬਰਾਬਰ ਜਿਹਾ ਹੋ ਗਿਆ। ਚਲੋ ਹੋਰ ਸੁਣਾਓ ਸੰਧਾਲੀਆ ਸਾਹਿਬ, ਬਾਕੀ ਸਾਰਾ ਕੁਝ ਠੀਕ ਹੈ। ਮੈਂ ਦੋ ਤਿੰਨ ਤੁਹਾਨੂੰ ਗੱਲਾਂ ਕਹਿਣੀਆਂ ਪਰ ਕਹੂੰਗਾ ਪ੍ਰੋਗਰਾਮ ਤੋਂ ਬਾਅਦ, ਕਿਉਂਕਿ ਉਹ ਆਪਣੀਆਂ ਗੱਲਾਂ। ਚਲੋ ਕੋਈ ਗੱਲ ਨਹੀਂ, ਆਪਣੀਆਂ ਗੱਲਾਂ ਮੈਂ ਕਿਹਾ ਸਾਰੇ ਪ੍ਰੋਗਰਾਮ ਬੰਦਾ ਡਰਾ ਕੇ ਰੱਖਣਾ ਹੀ ਆ। ਨਹੀਂ ਨਹੀਂ ਇਹ ਵੀ ਠੀਕ ਹੈ ਵੀ ਯਾਰ, ਪਤਾ ਨਹੀਂ ਕਿਹੜੀ ਗੱਲ ਹੋਣੀ ਹੈ। ਦੇਖੋ ਇੱਕ ਗੱਲ ਆ, ਡਰਨ ਡਰਾਉਣ ਵਾਲਾ ਕੰਮ ਤਾਂ ਇਸ ਵਕਤ ਚੱਲ ਪਿਆ ਅਕਾਲੀ ਦਲ ਦੇ ਦੋਵਾਂ ਧੜਿਆਂ 'ਚ। ਹੁਣ ਇੱਕ ਪਾਸੇ ਬਾਗੀ ਧੜਾ, ਬਾਗੀ ਧੜਾ ਵੀ ਰੋਜ਼ ਪ੍ਰੈਸ ਕਾਨਫਰੰਸ 'ਤੇ ਪ੍ਰੈਸ ਕਾਨਫਰੰਸ ਕਰਦਾ, ਖਾਸ ਕਰਕੇ ਜਿਹੜੀ ਜਲੰਧਰ ਵਾਲੀ ਜ਼ਿਮਨੀ ਚੋਣ ਆ ਅਤੇ ਬੀਬੀ ਸੁਰਜੀਤ ਕੌਰ ਹੋਰਾਂ ਦੇ ਮੁੱਦੇ ਨੂੰ ਲੈ ਕੇ ਕਿ ਵੀ ਦੇਖੋ ਜੀ ਅਕਾਲੀ ਦਲ ਕਿਵੇਂ ਮਤਲਬ ਪਿੱਛੇ ਹਟ ਗਿਆ ਜੀ, ਇਹ ਤਾਂ ਜੀ ਉਹ ਅਕਾਲੀ ਦਲ ਨੂੰ ਚਾਹੁੰਦੇ ਨਹੀਂ ਜੀ ਅੱਗੇ ਆਉਣ ਦੇਣਾ ਜੀ, ਇਹ ਉਹ ਟਾਈਪ ਹੈ ਨਾ। ਉੱਧਰੋਂ ਅਕਾਲੀ ਦਲ ਵੱਲੋਂ ਕਹਿ ਲਓ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਜਿਹੜੇ ਬੰਦੇ ਨੇ ਉਹ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਹੀ ਸਾਰਾ ਕੁਝ ਕਲੀਅਰ ਕੀਤਾ ਸੀ ਜੇ ਬੰਦੇ ਜਾਣ ਬੁੱਝ ਕੇ ਖਰਾਬ ਕਰਦੇ ਆ। ਹੁਣ ਜਿੱਥੇ ਕਿ ਜੇ ਗੱਲ ਪਹੁੰਚ ਗਈ, ਖਾਸ ਕਰਕੇ ਦੋ ਲੀਡਰ ਸਹਿਬਾਨਾਂ ਦੇ ਉੱਪਰ ਬੜਾ ਧਿਆਨ ਹੈ ਹਰੇਕ ਦਾ, ਇੱਕ ਤਾਂ ਬਿਕਰਮ ਸਿੰਘ ਮਜੀਠੀਆ ਅਤੇ ਦੂਸਰੇ ਲੁਧਿਆਣੇ ਵਾਲੇ ਪਾਸਿਓਂ ਇਆਲੀ ਸਾਹਿਬ। ਹੁਣ ਇਆਲੀ ਸਾਹਿਬ ਵੀ ਉਸ ਦਿਨ ਦਾ ਕੁਝ ਖਾਸ ਖੁੱਲ੍ਹ ਕੇ ਨਹੀਂ ਬੋਲੇ, ਇੱਕੋ ਹੀ ਉਹ ਗੱਲ ਕਰਦੇ ਨੇ ਵੀ ਝੂੰਦਾ ਕਮੇਟੀ ਵਾਲੀ ਰਿਪੋਰਟ ਲਾਗੂ ਕਰ ਦਿਓ। ਹੁਣ ਇਕਬਾਲ ਸਿੰਘ ਝੂੰਦਾ ਵਾਲੀ ਤਾਂ ਨਾਲ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਜੇ ਉਹ ਬਾਗੀਆਂ 'ਚ ਹੁਣ ਫਿਰ ਤਾਂ ਗੱਲ ਸਮਝ ਆਉਂਦੀ ਹੈ। ਉਹ ਪਤਾ ਨਹੀਂ ਵੀ ਰਿਪੋਰਟ ਲਾਗੂ ਹੋਊ ਕਿ ਨਹੀਂ ਹੋਊ, ਇਹਦਾ ਮਤਲਬ ਉਹਨਾਂ ਨੇ ਆਪਸ਼ਨ ਹੀ ਇਹੋ ਜਿਹੀ ਰੱਖਤੀ ਵੀ ਯਾਰ ਉਦੋਂ ਬਾਅਦ ਚੱਲਾਂਗੇ। ਪਰ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਚੁੱਪ, ਬਿਲਕੁਲ ਹੀ ਕਿਸੇ ਪਾਸੇ ਕੋਈ ਨਾ ਗੱਲਬਾਤ ਆਉਣੀ, ਉਹਨੇ ਬੜਾ ਧਿਆਨ ਖਿੱਚਿਆ। ਦੇਖੋ ਦੋ ਚੀਜ਼ਾਂ ਸੰਧਾਲੀਆ ਸਾਹਿਬ ਬਹੁਤ ਸਪਸ਼ਟ ਨੇ। ਅੱਗੇ ਅਕਾਲੀ ਦਲ ਦੇ ਵਿੱਚ ਜਦੋਂ ਵੀ ਫੁੱਟ ਪੈਂਦੀ ਸੀ ਵੋਟਾਂ ਤੋਂ ਪਹਿਲਾਂ ਪੈਂਦੀ ਸੀ, ਐਤਕੀ ਢੀਂਡਸਾ ਸਾਹਿਬ ਵੀ ਨਾਰਾਜ਼ ਸੀ ਪਰ ਜੁਦਾ ਨਹੀਂ ਹੋਏ। ਚਰਚਾ ਰੱਖੜਾ ਸਾਹਿਬ ਦੀ ਵੀ ਪੂਰੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਮੈਂ ਨਹੀਂ ਚੋਣ ਲੜਦਾ ਪਟਿਆਲਿਓਂ, ਪਰ ਉਹਨਾਂ ਨੇ ਰੌਲਾ ਨਹੀਂ ਪਾਇਆ। ਮਲੂਕਾ ਸਾਹਿਬ ਦਾ ਟੱਬਰ ਉੱਧਰ ਚਲੇ ਗਿਆ ਸੀ, ਇੰਚਾਰਜੀ ਤੋਂ ਲਾ ਦਿੱਤਾ ਸੀ ਪਰ ਉਹ ਗਏ ਨਹੀਂ ਕਿਸੇ ਪਾਸੇ। ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਦਾ ਵੀ ਪਤਾ ਲੱਗਦਾ ਸੀ ਕਿ ਉਧਰੇ ਜਿਹਾ ਆ ਪਰ ਬੋਲੇ ਕੁਛ ਨਹੀਂ, ਪ੍ਰਚਾਰ ਕੀਤਾ। ਚਰਨਜੀਤ ਸਿੰਘ ਬਰਾੜ ਵੀ ਤਾਂ ਜਾਂਦੇ ਰਹੇ, ਐਨ ਕੇ ਸ਼ਰਮਾ ਸਾਹਿਬ ਜਿਹੜੇ ਪਟਿਆਲਿਓਂ ਖੜ੍ਹੇ ਸੀ ਕਿਉਂਕਿ ਉਹਨਾਂ ਦਾ ਰਾਜਪੁਰਾ ਹਲਕਾ ਉੱਚੇ ਆਉਂਦਾ, ਪ੍ਰਚਾਰ ਕਰਦੇ ਕਰਾਉਂਦੇ ਰਹੇ। ਯਾਨੀ ਇਹ ਜਿੰਨੇ ਵੀ ਲੀਡਰ ਨੇ, ਚੰਦੂ ਮਹਾਰਾਜ ਸਾਹਿਬ ਨੇ ਤਾਂ ਇਲੈਕਸ਼ਨ ਲੜੀ, ਬੀਬੀ ਜਗੀਰ ਕੌਰ ਜਲੰਧਰ ਦੇ ਇੰਚਾਰਜ ਸੀ, ਅਸੀਂ ਸਰਗਰਮ ਦੇਖੇ, ਇੰਟਰਵਿਊਜ਼ ਦਿੱਤੀਆਂ ਉਹਨਾਂ ਨੇ, ਰੈਲੀਆਂ 'ਚ ਹਿੱਸਾ ਲਿਆ, ਡੋਰ ਟੂ ਡੋਰ ਕੀਤਾ। ਯਾਨੀ ਇਹ ਸਾਰੇ ਲੀਡਰ ਇਸ ਕਰਕੇ ਨਹੀਂ ਕਿ ਹੁਣ ਪਾਰਟੀ ਦੀ ਵੇਲਣੇ 'ਚ ਬਾਂਹ ਆਈ ਆ, ਇਲੈਕਸ਼ਨ ਹੈ ਉੱਪਰੋਂ ਹੁਣ ਮਨਾ ਲਓ ਜੋ ਮਨਾਉਣਾ, ਨਾ ਉਦੋਂ ਚੁੱਪ ਚਪੀਤੇ ਪਾਰਟੀ ਦਾ ਕੰਮ ਕਰਦੇ ਰਹੇ। ਪਰ ਜਦੋਂ ਬਾਅਦ ਵਿੱਚ ਵੋਟਾਂ ਨਿਕਲ ਗਈਆਂ, ਨਤੀਜਾ ਆ ਗਿਆ, ਸਭ ਕੁਛ ਆ ਗਿਆ, ਅਤੇ ਉਦੋਂ ਇੱਕਦਮ ਇਹਨਾਂ ਨੇ ਮਿੱਟੀ ਦਾ ਤੇਲ ਜਾਂ ਸਿੱਟ ਕੇ, ਡੀਜ਼ਲ ਜਾਂ ਸਿੱਟ ਕੇ, ਤਾਂ ਐਂ ਕਰਕੇ ਭਾਂਬੜ ਜਿਹਾ ਮਚਾ ਦਿੱਤਾ। ਹੁਣ ਇਹ ਗੱਲ ਤੁਹਾਡੀ ਠੀਕ ਹੈ ਕਿ ਮਜੀਠੀਆ ਸਾਹਿਬ ਕਿਉਂ ਚੁੱਪ ਨੇ। ਪਹਿਲਾਂ ਮੈਂ ਇਆਲੀ ਸਾਹਿਬ ਅਤੇ ਮਜੀਠੀਆ ਸਾਹਿਬ ਦਾ ਇੱਕ ਜ਼ਿਕਰ ਕਰਦੇ ਹਾਂ, ਕਿਸੇ ਨੂੰ ਉਹ ਪਸੰਦ ਨੇ, ਕਿਸੇ ਨੂੰ ਨਹੀਂ ਪਸੰਦ, ਵੱਖਰੀ ਗੱਲ ਹੈ। ਦੋਵੇਂ ਬੰਦੇ ਜੇਤੂ ਬੰਦੇ ਨੇ। ਹੁਣ ਹੋ ਸਕਦਾ ਕਿ ਪ੍ਰਾਈਮ ਏਸ਼ੀਆ ਟੀਵੀ ਦਾ ਕੋਈ ਪਰਿਵਾਰ ਦਾ ਮੈਂਬਰ ਆਖੇ ਕਿ ਯਾਰ ਮਜੀਠੀਆ ਸਾਹਿਬ ਤਾਂ ਹਰੇ ਆ, ਮੇਰੇ ਖਿਆਲ ਤੀਜੇ ਨੰਬਰ 'ਤੇ ਆਏ ਸੀ ਅੰਮ੍ਰਿਤਸਰ ਪੂਰਬੀ ਤੋਂ, ਜੇਤੂ ਕਿੱਦਾਂ ਹੋਏ। ਇਆਲੀ ਸਾਹਿਬ 2017 ਜਿੱਤੇ MLA ਸੰਦਾਖਾ ਤੋਂ, 22 'ਚ ਫਿਰ ਇਲੈਕਸ਼ਨ ਲੜੀ, ਜਦੋਂ ਵੱਡੇ ਬਾਦਲ ਸਾਹਿਬ ਵੀ ਹਰ ਗਿਆ, ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਹਰ ਗਿਆ, ਜਦੋਂ ਕਿੰਨੇ ਹੀ ਅਕਾਲੀ ਦਲ ਦੇ ਜਿਹੜੇ ਜੇਤੂ ਖਾਉਂਦੇ ਸਾਹਿਬ ਸੀ ਉਹ ਹਰ ਗਏ, ਇਆਲੀ ਸਾਹਿਬ ਨੇ ਆਪਣੀ ਸੀਟ ਕੱਢ ਲਈ। ਅਤੇ ਮਜੀਠੀਆ ਸਾਹਿਬ ਦਾ ਜੇ ਜ਼ਿਕਰ ਕਰੀਏ, ਉਹਨਾਂ ਦਾ ਹਲਕਾ ਤਾਂ ਮਜੀਠਾ ਆ ਨਾ, ਉਹਨਾਂ ਨੇ ਮਜੀਠਾ ਹਲਕੇ ਤੋਂ ਉਹਨਾਂ ਨੂੰ ਅੰਮ੍ਰਿਤਸਰ ਪੂਰਬੀ 'ਚ ਪਾਰਟੀ ਨੇ ਲਿਆਂਦਾ ਸੀ। ਮਜੀਠਾ ਹਲਕੇ ਤੋਂ ਉਹਨਾਂ ਦੀ ਧਰਮ ਪਤਨੀ ਬੀਬੀ ਗਨੀਬ ਕੌਰ ਮਜੀਠੀਆ ਨੂੰ ਅਕਾਲੀ ਦਲ ਨੇ ਖੜ੍ਹਾ ਕੀਤਾ।
ਆਪਣਾ ਹਲਕਾ ਤਾਂ ਮਜੀਠੀਆ ਸਾਹਿਬ ਜਿੱਤਿਆ, ਕੰਮ ਉੱਥੇ ਬੀਬੀ ਗਨੀਬ ਕੌਰ ਨੇ ਨਹੀਂ ਸੀ ਕੀਤਾ। ਲੋਕਾਂ ਦੇ ਨਾਲ ਮਿਲਵਰਤਨ ਲਾ ਲਓ ਜਾਂ ਅਕਾਲੀ ਦਲ ਦੇ ਨਾਲ ਵਰਕਰਾਂ ਦਾ ਜੋੜ ਮੇਲ ਲਾ ਲਓ, ਉਹ ਤਾਂ ਸਾਰਾ ਬਿਕਰਮ ਸਿੰਘ ਮਜੀਠੀਆ ਦਾ ਸੀ, ਉਹ ਬੀਬੀ ਗਨੀਬ ਕੌਰ ਦਾ ਨਹੀਂ ਸੀ। ਚਾਹੇ ਅੰਮ੍ਰਿਤਸਰ ਪੂਰਬੀ ਤੋਂ ਹਰ ਗਿਆ ਪਰ ਸਿੱਧੂ ਸਾਹਿਬ ਨੂੰ ਵੀ ਲੈ ਬੈਠੇ, ਜਿਸ ਕੰਮ ਲਈ ਭੇਜਿਆ ਸੀ ਉਹ ਕੰਮ ਤਾਂ ਕਰ ਦਿੱਤਾ ਨਾ ਉਹਨਾਂ ਨੇ, ਅਤੇ ਆਪਣਾ ਮਜੀਠਾ ਹਲਕਾ ਉਹਨੇ ਫਿਰ ਜਿੱਤ ਲਿਆ। ਜਾਣੀ ਇੱਕ ਗੱਲ ਤਾਂ ਮੰਨਣੀ ਪਊ ਕਿ ਜਿਹੜੇ ਦੋ ਲੀਡਰ ਚੁੱਪ ਨੇ, ਨਾ ਇੱਧਰ ਅਤੇ ਨਾ ਉੱਧਰ, ਉਹ ਦੋ ਲੀਡਰ ਜੇਤੂ ਨੇ। ਉਹ ਦੋਵੇਂ ਲੀਡਰ ਇੱਦਾਂ ਦੇ ਨੇ ਜਿਹਨਾਂ ਦੇ ਬਾਬਤ ਮੰਨਿਆ ਜਾਂਦਾ, ਜਦੋਂ ਆਲੀ ਸਾਹਿਬ ਪਹਿਲਾਂ ਗੁੱਸੇ ਹੋਏ ਆ ਇੱਕ ਵਾਰੀ, ਉਦੋਂ ਕਿਹਾ ਜਾਂਦਾ ਯਾਰ ਜੇ ਕਿਤੇ ਆਲੀ ਸਾਹਿਬ ਅੱਗੇ ਲੱਗ ਜਾਣ, ਕਈ ਬੰਦੇ ਕਹਿੰਦੇ ਆਲੀ ਸਾਹਿਬ ਨੂੰ ਅੱਗੇ ਲਾ ਦਿਓ। ਫਿਰ ਵਿੱਚ ਵਿਚਾਲੇ ਇੱਦਾਂ ਦੀ ਵੀ ਚਰਚਾ ਚੱਲਦੀ ਹੈ ਕਿ ਯਾਰ ਜੇ ਹੁਣ ਅਕਾਲੀ ਦਲ ਦੇ ਵਿੱਚ ਕਿਤੇ ਮਜੀਠੀਆ ਸਾਹਿਬ ਦੇ ਹੱਥ ਵਾਗਡੋਰ ਆ ਜਾਵੇ ਨਾ, ਕਿਉਂਕਿ ਮਜੀਠੀਆ ਸਾਹਿਬ ਦਾ ਜਿੱਦਾਂ ਦਾ ਪ੍ਰੈਸ ਕਾਨਫਰੰਸ ਕਰਨ ਦਾ ਅੰਦਾਜ਼ ਹੈ, ਜਿਸ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੁੰਦੇ ਆ, ਜੋਸ਼ ਜਾਂ ਤਾਂ ਭਰੇ ਹੀ ਜਾਂਦੇ ਆ ਨਾ, ਬਾਅਦ 'ਚ ਸਿੱਟਾ ਨਿਕਲਦਾ ਕੀ ਨਿਕਲਦਾ ਬਾਅਦ ਦੀ ਗੱਲ ਹੈ। ਪਰ ਹੁਣ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ, ਕਿਉਂਕਿ ਇਆਲੀ ਸਾਹਿਬ ਦਾ ਤਾਂ ਕਲੀਅਰ ਹੈ, ਉਹ ਕਹਿੰਦੇ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰ ਦਿਓ, ਮੈਂ ਗੈਰ ਸਰਗਰਮ, ਸ਼ਾਇਦ ਉਹ 10 ਕੁ ਦਿਨ ਬਿਆਨ ਇਹ ਨਾ ਦਿੰਦੇ ਤਾਂ ਹੁਣ ਤਾਂ ਹੀ ਉਹ ਸਰਗਰਮ ਹੀ ਹੁੰਦੇ। ਹੁਣ ਜਿਹੜਾ ਬੰਦਾ ਕਹਿ ਚੁੱਕਾ ਕਿ ਜਦੋਂ ਤੱਕ ਕਮੇਟੀ ਰਿਪੋਰਟ ਲਾਗੂ ਨਹੀਂ ਹੁੰਦੀ ਮੈਂ ਨਹੀਂ ਸਰਗਰਮੀ ਜੇ ਹਿੱਸਾ ਲੈਣਾ, ਹੁਣ ਜੇ ਦੂਜੇ ਪਾਸੇ ਜਾਂਦੇ ਆ ਤਾਂ ਨਹੀਂ ਚੰਗੇ ਲੱਗਦੇ, ਉਹਦੇ ਪਾਸੇ ਸਰਗਰਮ ਹੁੰਦੇ ਆ ਤਾਂ ਬੁਰੇ ਲੱਗਦੇ ਆ, ਇਸ ਕਰਕੇ ਉਹਨਾਂ ਦਾ ਚੁੱਪ ਬੈਠਣਾ ਸਮਝ ਆਉਂਦਾ। ਪਰ ਉਹ ਬਿਕਰਮ ਸਿੰਘ ਮਜੀਠੀਆ ਜਿਹੜੇ ਜਦੋਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਨੇ ਵੀ ਚੁਣੌਤੀ ਦਿੱਤੀ, ਸਭ ਤੋਂ ਅੱਗੇ ਹੋ ਕੇ ਉਹ ਗੱਲ ਕਰਦੇ ਹੁੰਦੇ, ਇਹ ਕਰਦੇ ਨੇ ਗੱਲਾਂ, ਆਹ ਵੇਖੋ ਆਹ ਵੇਖੋ ਅਤੇ ਆਹ ਵੇਖੋ। ਹੁਣ ਮਜੀਠੀਆ ਸਾਹਿਬ ਦੀ ਰਿਸ਼ਤੇਦਾਰੀ ਬੜੀ ਤਕੜੀ ਹੈ, ਹੁਣ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਇੱਕੋ ਇੱਕ MP ਨੇ, ਉਹਨਾਂ ਦੇ ਨਾਲ ਮਜੀਠੀਆ ਸਾਹਿਬ ਦਾ ਜਿਹੜਾ ਭੈਣ ਭਰਾ ਰਿਸ਼ਤਾ ਉਹਦੇ ਤੋਂ ਉੱਪਰ ਤਾਂ ਕੁਛ ਵੀ ਨਹੀਂ ਹੁੰਦਾ। ਅਜੇ ਤੱਕ ਵੀ ਮੈਂ ਕਹਿੰਦਾ ਕੁਛ ਵੀ ਹੋਵੇ, ਕੋਈ ਪਰਿਵਾਰਕ ਰਜੇਵਾਂ ਹੋਵੇ, ਕੁਝ ਵੀ ਹੋਵੇ, ਪਰ ਮਜੀਠੀਆ ਸਾਹਿਬ ਦਾ ਅਜੇ ਤੱਕ ਕਿਸੇ ਵੀ ਪਾਸੇ ਨਾ ਬੋਲਣਾ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਕ 'ਚ ਨਾ ਬੋਲਣਾ, ਸਾਨੂੰ ਬੜਾ ਅਜੀਬੋ ਗਰੀਬ ਲੱਗਦਾ। ਜੇ ਕੋਈ ਹੋਰ ਗੱਲ ਹੈ ਜਿਹਦੇ ਕਰਕੇ ਉਹ ਨਹੀਂ ਗੱਲ ਕਰ ਸਕਦੇ, ਜੇ ਉਹ ਸਪਸ਼ਟ ਕਰ ਦੇਣ ਤਾਂ ਚੰਗਾ। ਹਾਂ, ਅਕਾਲੀ ਦਲ ਦੇ ਬਹੁਤ ਲੀਡਰ ਨੇ, ਬਹੁਤ ਲੀਡਰ ਨਹੀਂ ਬੋਲ ਰਹੇ, ਪਰ ਮਜੀਠੀਆ ਸਾਹਿਬ ਦਾ ਕੱਦ ਬੁੱਤ ਜਿਹੜਾ ਉਹਨਾਂ ਦੀ ਚੁੱਪੀ ਸਮਝ ਤੋਂ ਬਾਹਰ ਹੈ। ਵੇਖੋ ਇੱਕ ਗੱਲ ਆ, ਜਦੋਂ ਤੁਸੀਂ ਇਹ ਗੱਲ ਕੀਤੀ ਨਾ ਵੀ ਇਲੈਕਸ਼ਨ ਦੇ ਦੌਰਾਨ ਬਾਕੀ ਸਾਰੇ ਲੀਡਰਾਂ ਦੀ ਜਿੱਥੇ ਜਿੱਥੇ ਡਿਊਟੀ ਲੱਗੀ ਉਹਨਾਂ ਨੇ ਨਿਭਾਈ, ਇੱਕ ਚੀਜ਼ ਆਪਾਂ ਐਡ ਕਰੀਏ ਕਿ ਮਜੀਠੀਆ ਸਾਹਿਬ ਉਦੋਂ ਵੀ ਸਰਗਰਮ ਸੀਗੇ ਪਰ ਪਾਸੇ ਪਾਸੇ। ਉਦੋਂ ਮੇਰਾ ਖਿਆਲ ਆਪਾਂ ਉੱਥੇ ਇੰਡੀਏ ਸੀ ਕਿ ਆਪਾਂ ਕਿੰਨੀ ਵਾਰ ਉਹ ਗੱਲ ਕੀਤੀ ਕਿ ਵੀ ਇੱਕ ਫੋਟੋ ਫਰੇਮ ਜਿਹੜਾ ਹੁੰਦਾ ਮੀਡੀਆ ਦਾ, ਉਹਦੇ ਵਿੱਚ ਮਜੀਠੀਆ ਸਾਹਿਬ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਜ਼ਰ ਨਹੀਂ ਆ ਰਹੇ। ਇੱਕ ਦਿਨ ਤੁਹਾਨੂੰ ਯਾਦ ਹੋਣਾ ਮਾਲਵੇ ਵਾਲੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸਿਹਤ ਢਿੱਲੀ ਹੋ ਗਈ ਅਤੇ ਉਦੋਂ ਉਹ ਪੰਜਾਬ 'ਚ ਉਹ ਯਾਤਰਾ ਰੋਕੀ ਨਹੀਂ ਸੀ, ਉਦਣ ਮਜੀਠੀਆ ਸਾਹਿਬ ਉੱਥੇ ਗਏ, ਯਾਤਰਾ ਅੱਗੇ ਚੱਲਦੀ ਰਹੀ, ਅਗਲੇ ਦਿਨ ਉਹ ਆ ਕੇ ਮਜੀਠੀਆ ਸਾਹਿਬ ਫੇਰ ਵਾਪਸ ਆ ਗਏ। ਮਤਲਬ ਇਹ ਕਿ ਮਜੀਠੀਆ ਸਾਹਿਬ ਉਦੋਂ ਤੋਂ ਸਰਗਰਮ ਨੇ ਪਰ ਪਤਾ ਨਹੀਂ ਕਿਉਂ ਪਾਸੇ ਪਾਸੇ ਨੇ। ਹੁਣ ਜਦੋਂ ਰੌਲਾ ਹੀ ਪੈ ਗਿਆ ਵੀ ਪਤਾ ਨਹੀਂ ਅਕਾਲੀ ਦਲ ਦਾ ਕਿਹੜਾ ਧਿਰ ਜਿਹੜਾ ਜਾਂ ਕਿਹੜਾ ਧੜਾ ਜਿਹੜਾ ਉਹਨੇ ਵੱਡੇ ਹੋ ਜਾਣਾ, ਉਦੋਂ ਉਹ ਬਿਲਕੁਲ ਹੀ ਚੁੱਪ ਨੇ, ਉਦੋਂ ਸਰਗਰਮੀ ਕੋਈ ਨਹੀਂ ਹੈਗੀ। ਹੁਣ ਇਹਦੇ 'ਤੇ ਹਰੇਕ ਦੀਆਂ ਨਜ਼ਰਾਂ ਟਿੱਕੀਆਂ, ਇਹਦੇ ਕਿਆ ਫੇਲ ਆਉਣ ਵਾਲੇ ਕੋਈ 20 ਲਾਈ ਜਾਣ, ਕੋਈ ਆਖੀ ਜਾਂਦਾ ਜੀ ਇਹ ਤਾਂ ਜੀ ਮਜੀਠੀਆ ਸਾਹਿਬ ਹੀ ਕਰਾ ਰਹੇ ਜੀ, ਕੋਈ ਕਹਿੰਦਾ ਨਹੀਂ ਜੀ ਮਜੀਠੀਆ ਸਾਹਿਬ ਦੇਖ ਰਿਹਾ ਵੀ ਕਿੱਧਰ ਨੂੰ ਜਾਂਦੀ ਕਹਾਣੀ, ਕੋਈ ਕਹਿੰਦਾ ਜੀ ਦੇਖਿਓ ਜਦੋਂ ਆ ਗਏ ਉਦੋਂ ਸਾਰਾ ਕੁਝ ਸੈੱਟ ਹੋ ਜਾਣਾ, ਕੋਈ ਕਹਿੰਦਾ ਨਹੀਂ ਜੀ ਅੰਦਰ ਖਾਤੇ ਹੋ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਵੀ ਸਾਰਾ ਕੁਝ ਢੱਕਿਆ ਲਪੇਟਿਆ, ਇਹ ਤਾਂ ਕਹਿਣ ਦੀਆਂ ਗੱਲਾਂ ਨੇ ਨਾ, ਕਿਸੇ ਨੇ ਵੇਖਿਆ ਥੋੜ੍ਹਾ। ਪਰ ਇਹਦੇ 'ਤੇ ਜਿੰਨਾ ਮੇਰਾ ਖਿਆਲ ਧਿਆਨ ਹੈ ਇਸ ਵਕਤ, ਉਹਦੇ ਤੋਂ ਇੱਕ ਗੱਲ ਤਾਂ ਹੈ ਕਿ ਜੇ ਇਹ ਮੰਨ ਲਓ ਅਜੇ ਹੋਰ ਹਫ਼ਤਾ 10 ਦਿਨ ਚੁੱਪ ਰਹਿੰਦੇ ਆ, ਜਲੰਧਰ ਵਾਲੀ ਜ਼ਿਮਨੀ ਚੋਣ ਲੰਘ ਜਾਂਦੀ ਹੈ, ਉਹਦਾ ਨਤੀਜਾ ਕੀ ਆਉਣਾ ਉਹ ਤਾਂ ਲਗਭਗ ਕਲੀਅਰ ਹੋ ਹੀ ਗਿਆ ਵੀ ਅਕਾਲੀ ਦਲ ਦਾ ਭਾਵੇਂ ਇੱਕ ਧੜਾ ਹੋਵੇ ਭਾਵੇਂ ਦੂਜਾ ਹੋਵੇ, ਲੱਭਣਾ ਤਾਂ ਉਹਨਾਂ ਨੂੰ ਕੁਛ ਨਹੀਂ। ਹਾਂ, ਇੰਨਾ ਜ਼ਰੂਰ ਆ ਵੀ ਜਿੰਨੀਆਂ ਕੁ ਵੋਟਾਂ ਮਿਲਣਗੀਆਂ ਬਾਅਦ 'ਚ ਉਹਨਾਂ ਦਾ ਜੋੜ ਤੋੜ ਲਾ ਕੇ ਦੇਖ ਲੈਣਗੇ ਵੀ ਉਹ 2660-70 ਨਾਲੋਂ ਸਾਡੀਆਂ ਵਧੀਆਂ ਕਿ ਘਟੀਆਂ। ਪਰ ਇੱਕ ਮੈਂ ਸਵਾਲ ਇਹ ਵੀ ਮੇਰੇ ਦਿਮਾਗ 'ਚ ਆਉਂਦਾ ਸੀਗਾ ਕਿ ਵੀ ਜੇ ਮੰਨ ਲਓ ਇਸ ਮੌਕੇ ਦੇ ਉੱਪਰ ਜਦੋਂ ਲੋੜ ਆ
ਉਦੋਂ ਸਾਰੇ ਲੀਡਰਾਂ ਨੇ ਆਪੋ ਆਪਣਾ ਪੱਖ ਜਾਂ ਆਪਣਾ ਆਪਣਾ ਵਿਊ ਪੁਆਇੰਟ ਨਹੀਂ ਰੱਖਣਾ, ਅਤੇ ਫਿਰ ਬਾਅਦ ਦੇ ਵਿੱਚ ਜਦੋਂ ਖਿਲਾਰਾ ਪੈ ਹੀ ਗਿਆ ਉਦੋਂ ਬੋਲੀ ਦਾ ਵੀ ਕੀ ਫਾਇਦਾ ਹੋਊਗਾ? ਨਹੀਂ, ਇਹ ਸਵਾਲ ਆਪਣੇ ਆਪ ਦੇ ਵਿੱਚ ਸੰਧਾਲੀਆ ਸਾਹਿਬ ਬਹੁਤ ਵੱਡਾ। ਤੁਸੀਂ ਇੱਥੇ ਇਹ ਵੀ ਦੇਖੋ ਨਾ ਕਿ ਇਸ ਵੇਲੇ ਇੱਕ ਤਾਂ ਹੈਗੀ ਏਕਤਾ ਦੀ ਲੋੜ, ਕਿਉਂਕਿ ਇੱਕ ਮੇਰੇ ਖਿਆਲ ਭਾਈ ਮਨਜੀਤ ਸਿੰਘ ਹੋਰੀ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਦਵ ਸਾਹਿਬ, ਉਹਨਾਂ ਨੂੰ ਜਾ ਕੇ ਮਿਲਿਆ ਇੱਕ ਪਰਿਵਾਰ ਦੇ ਮੈਂਬਰ ਉਹਨਾਂ ਦੇ ਹੋਰ ਨਾਲ ਸੀ, ਅਤੇ ਜਾ ਕੇ ਪੰਥਕ ਏਕਤਾ ਦਾ ਸੁਨੇਹਾ ਦਿੱਤਾ ਕਿ ਏਕਤਾ ਕਰਾਓ ਜੀ। ਅਤੇ ਦੂਜੇ ਪਾਸੇ ਇੱਕ ਹੋਰ ਲੀਡਰ ਸਾਹਿਬ ਸੀ, ਪਹਿਲਾਂ ਉਹ ਵੀ ਚਿੱਠੀ ਦੇ ਕੇ ਆਏ ਸੀ ਕਿ ਪੰਥਕ ਏਕਤਾ ਬੜੀ ਜ਼ਰੂਰੀ ਹੈ ਜੀ। ਜੈਦਰ ਸਾਹਿਬ ਦਾ ਬਿਆਨ ਆਇਆ ਸੀ ਕਿ ਦਿੱਲੀ ਵੱਲ ਨਾ ਮੂੰਹ ਕੀਤਾ ਜਾਵੇ, ਐਨ ਮੂੰਹ ਕੀਤਾ ਜਾਵੇ। ਠੀਕ ਗੱਲਾਂ ਨੇ ਸਾਰੀਆਂ, ਹੁਣ ਤਾਂ ਪੰਜਾਬ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਜੇ ਪੰਜਾਬ ਦੀਆਂ ਸਮੱਸਿਆਵਾਂ ਆਪਾਂ ਹੱਲ ਕਰਾਉਣੀਆਂ। ਪਰ ਦੂਸਰੇ ਪਾਸੇ ਇਹ ਵੀ ਗੱਲ ਆਪਣੇ ਆਪ 'ਚ ਨਾ ਕਿ ਕੋਈ ਵੀ ਧਿਰ ਫਿਕਰਮੰਦ ਨਹੀਂ ਜਾਪਦੀ। ਜੇ ਕੋਈ ਬੰਦਾ ਆਖੇ ਜੀ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਲਿਖਤੀ ਪੱਤਰ ਦੇ ਆਉਣਾ, ਫਿਰ ਉੱਥੋਂ ਤਾਂ ਉਹਨਾਂ ਨੇ ਲੈ ਲੈਣਾ ਪੱਤਰ, ਉਹ ਬਾਅਦ 'ਚ 5 ਦਿਨ ਲੈਂਦੇ ਆ, 15 ਲੈਂਦੇ ਆ, ਕਿ 25 ਲੈਂਦੇ ਆ, ਕਿ ਮਹੀਨਾ ਲੈਂਦੇ ਆ, ਕੋਈ ਪਤਾ ਨਹੀਂ। ਉਹ ਤਾਂ ਕੰਮਾਂਕਾਰਾਂ ਦੇ ਉੱਤੇ, ਰੁਝੇਵਿਆਂ ਦੇ ਉੱਤੇ ਨਿਰਭਰ ਕਰਦਾ ਨਾ। ਸੰਧਾਲੀਆ ਸਾਹਿਬ, ਇਹ ਜਿਹੜੇ ਵੀ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਨੂੰ ਚੈਲੰਜ ਕਰ ਰਹੇ ਹੈ, ਉਹਨਾਂ ਲੀਡਰਾਂ ਨੂੰ ਆਪਣਾ ਅੱਗੋਂ ਪ੍ਰੋਗਰਾਮ ਦੇਣਾ ਪਊਗਾ। ਉਹ 1 ਜੁਲਾਈ ਨੂੰ ਉੱਥੋਂ ਆ ਕੇ ਘਰੇ ਥੋੜ੍ਹੀ ਬੈਠੇ ਰਹਿਣਗੇ, 1 ਜੁਲਾਈ ਨੂੰ ਉੱਥੋਂ ਆ ਕੇ ਉਹਨਾਂ ਨੂੰ ਕੁਛ ਨਾ ਕੁਛ ਕਰਨਾ ਪਊਗਾ ਨਾ। ਉਹ ਆਣ ਕੇ ਸ਼ਹਿਰਾਂ 'ਚ ਜਾਣਗੇ, ਜ਼ਿਲ੍ਹਿਆਂ 'ਚ ਜਾਣਗੇ, ਰੈਲੀਆਂ ਰੱਖਣਗੇ ਜਾਂ ਕੀ ਕਰਨਗੇ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਕਿਉਂਕਿ ਜੇ ਉਹ ਪ੍ਰੋਗਰਾਮ ਅਕਾਲੀ ਦਲ ਤੋਂ ਨਹੀਂ ਦਿੱਤੇ ਗਏ, ਜੇ ਇਹ ਵੀ ਨਾ ਪ੍ਰੋਗਰਾਮ ਦੇ ਸਕੇ, ਸਿਰਫ ਉਡੀਕ ਦੇ ਰਿਹਾ ਕਿ ਜੈਦਰ ਸਾਹਿਬ ਕੀ ਕਹਿੰਦੇ ਆ, ਜੈਦਰ ਸਾਹਿਬ ਨੇ ਕੀ ਕਹਿਣਾ? ਜੈਦਰ ਸਾਹਿਬ ਜੋ ਵੀ ਕਹਿ ਦੇਣਗੇ ਉਹ ਤੋਂ ਬਾਅਦ ਕੰਮ ਤਾਂ ਤੁਹਾਨੂੰ ਹੀ ਕਰਨਾ ਪੈਣਾ ਨਾ, ਤੁਸੀਂ ਕੰਮ ਕਰਨ ਵਾਲੇ ਤੁਸੀਂ ਹੋ। ਉਹਨਾਂ ਨੇ ਤਾਂ ਤੁਹਾਡੀ ਚਿੱਠੀ ਦੇ ਉੱਤੇ ਕੋਈ ਫੈਸਲਾ ਕਰ ਦੇਣਾ, ਤਾਂ ਫੈਸਲਾ ਕਦੋਂ ਹੋਣਾ? ਕੋਈ ਸਮਾਂਬੱਧ ਹੁੰਦਾ ਹੀ ਨਹੀਂ। ਇਸ ਕਰਕੇ ਇਹ ਜਿੰਨੇ ਵੀ ਲੀਡਰ ਨੇ ਜਦੋਂ ਉੱਥੇ ਜਾ ਕੇ ਕਹਿਣਗੇ ਜੀ ਆਹ ਸਾਡੇ ਤੋਂ ਗਲਤੀਆਂ ਹੋਈਆਂ, ਅਸੀਂ ਚੁੱਪ ਰਹੇ, ਪਰ ਉੱਥੇ ਜਾ ਕੇ ਉਹ ਕੁਝ ਐਸਾ ਨਾ ਲਿਖ ਦੇਣ, ਕਿਉਂਕਿ ਜਦੋਂ ਬੰਦਾ ਨਾਲ ਹੁੰਦਾ ਉਹਨੂੰ ਸਭ ਕੁਝ ਪਤਾ ਹੁੰਦਾ। ਤੁਹਾਨੂੰ ਪਤਾ ਕਿ ਭਾਈ ਮੈਂ ਝੱਗਾ ਕਿੱਥੋਂ ਪ੍ਰੈਸ ਕੀਤਾ, ਕਿੱਥੋਂ ਧੋਤਾ, ਉਸ ਤੋਂ ਬਾਅਦ ਕੀ ਕੀਤਾ, ਤੁਸੀਂ ਬਾਅਦ ਪਤਾ ਮੈਨੂੰ ਇਹਦਾ, ਆਪਾਂ ਹੀ ਉੱਥੇ ਛਿਕ 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 ਕਰਦਾ ਹੁੰਦਾ, ਝੱਗਾ ਧਵਾਉਣਾ ਇਹਨੇ, ਹੈ ਨਾ। ਜਾਣੀ ਉਹ ਸਾਰੀਆਂ ਗੱਲਾਂ ਜੇ ਕਿਤੇ ਸਾਹਮਣੇ ਸੰਧਾਲੀਆ ਸਭ ਆ ਗਈਆਂ, ਜਵਾਬ ਦੇਣੇ ਔਖੇ ਹੋ ਜਾਣਗੇ। ਵਿਰਸਾ ਸਿੰਘ ਬਲਟੋਆ ਹੋਰਾਂ ਦੀ ਮੈਂ ਗੱਲ ਅੱਗੇ ਜਾ ਕੇ ਕਰਦਾ, ਆਪਾਂ ਬ੍ਰੇਕ ਲੈਣੀ ਹੈ, ਪਰ ਜਿਸ ਤਰੀਕੇ ਬਲਟੋਆ ਸਾਹਿਬ ਨੇ ਹੁਣ ਇੱਕ ਨਵੀਂ ਚੀਜ਼ ਸਾਹਮਣੇ ਲਿਆਉਂਦੀ ਹੈ, ਜਦੋਂ ਇਹਨਾਂ ਬੰਦਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਣਾ, ਉਹਦੇ ਕਰਕੇ ਹੋ ਸਕਦਾ ਕਿ ਜਿੱਥੇ ਚੁਣੌਤੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤੁਹਾਡੇ ਨੂੰ ਹੋਵੇ, ਚੁਣੌਤੀ ਇਹਨਾਂ ਨੂੰ ਵੀ ਹੋ ਸਕਦੀ ਹੈ। ਦੇਖੋ ਵਾਟ ਸਾਹਿਬ, ਇੱਕ ਗੱਲ ਤਾਂ ਹੈਗੀ ਆ ਵੀ ਇਹ ਜਿੱਥੇ ਕਿਤੇ ਜਾ ਕੇ ਰੇੜਕਾ ਪੈ ਗਿਆ ਨਾ, ਇਹ ਰੇੜਕਾ ਮੈਨੂੰ ਲੱਗਦਾ ਵੀ ਛੇਤੀ ਮੁੱਕਣਾ ਨਹੀਂ। ਕਿਉਂਕਿ ਹੁਣ ਇੱਕ ਗੱਲ ਤਾਂ ਪੱਕੀ ਆ ਵੀ ਜੇ ਬਾਗੀ ਤੁਹਾਡੇ ਦੇ ਨਾਲ ਰੋਜ਼ ਕੋਈ ਨਾ ਕੋਈ ਬੰਦਾ ਆਣ ਕੇ ਜੁੜ ਕੇ ਅਤੇ ਬਿਆਨ ਦੇ ਰਿਹਾ, ਅਤੇ ਜਿਹੜੀ ਧਿਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਆ ਉਹਦੇ ਵਾਲੇ ਪਾਸੇ ਵੀ ਕੋਈ ਨਾ ਕੋਈ ਬੰਦਾ ਰੋਜ਼ ਸਾਹਮਣੇ ਆ ਰਿਹਾ। ਹੁਣ ਇੱਕ ਮੈਂ ਇੱਥੇ ਸਰਨਾ ਭਰਾਵਾਂ 'ਚੋਂ ਪਰਮਜੀਤ ਸਰਨਾ ਹੋਰਾਂ ਦੀ ਗੱਲ ਕਰ ਲਵਾਂ। ਹੁਣ ਜਿਹੜੀ ਗੱਲ ਉਹਨਾਂ ਨੇ ਕਹੀ ਵੀ ਆਪਾਂ ਭਾਈ ਸਾਹਿਬ ਨਾਲ ਹਾਂ, ਹਾਲਾਂਕਿ ਤੁਸੀਂ ਇਹ ਦੇਖੋ ਵੀ ਮੇਰਾ ਖਿਆਲ ਸਾਰੀ ਉਮਰ ਹੀ ਸਰਨਾ ਸਾਹਿਬ ਉਲਟ ਰਹੇ, ਅਤੇ ਜਿੱਦਣ ਉਲਟ ਹੋਣ ਦੀ ਲੋੜ ਪੈ ਗਈ ਜਾਂ ਜਿੱਦਣ ਗੱਲ ਚੱਲੀ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਰਹਿਣਗੇ ਕਿ ਨਹੀਂ ਰਹਿਣਗੇ, ਉੱਦਣ ਸਰਨਾ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ, ਇਹ ਵੀ ਇੱਕ ਨਿਵੇਕਲੀ ਗੱਲ ਹੈ। ਹੁਣ ਜਿਹੜੀ ਗੱਲ ਉਹਨਾਂ ਨੇ ਮੇਰਾ ਖਿਆਲ ਰੱਖ ਦਿੱਤੀ ਬਾਗੀਆਂ ਦੇ ਅੱਗੇ, ਹੋ ਸਕਦਾ ਇਹ ਚੀਜ਼ ਵੀ ਬਾਗੀਆਂ ਨੂੰ ਤੰਗ ਕਰੇ, ਕਿਉਂਕਿ ਕੁਐਸਚਨ ਉਹਨਾਂ ਨੇ ਰੱਖਿਆ, ਉਹ ਕਹਿੰਦੇ ਵੀ ਮੰਨ ਲੈਂਦੇ ਹਾਂ ਵੀ ਇਹ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ, ਉਹ ਕਹਿੰਦੇ ਫੇਰ ਕੌਣ? ਬੰਦਾ ਤਾਂ ਦੱਸੋ ਵੀ ਬੰਦਾ ਆਪਾਂ ਤੁਸੀਂ ਸਾਹਮਣੇ ਲੈ ਆਓ, ਉਦੋਂ ਬਾਅਦ ਜਿਹੜੇ ਬਾਕੀ ਦੇ ਲੀਡਰ ਨੇ ਉਹ ਵੀ ਚੂਜ਼ ਕਰ ਲੈਣ ਵੀ ਭਾਈ ਇਹ ਬੰਦਾ ਠੀਕ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਪ੍ਰਧਾਨ ਚਾਹੀਦੇ। ਹੁਣ ਜਿਹੜੀ ਗੱਲ ਉਹਨਾਂ ਨੇ ਮਿਲਦਾ ਵੀ ਇਹ ਰੱਖ ਦਿੱਤੀ ਵੀ ਪਹਿਲਾਂ ਤੁਸੀਂ ਬੰਦਾ ਪੇਸ਼ ਕਰੋ ਵੀ ਪ੍ਰਧਾਨ ਕੌਣ ਹੋਊਗਾ, ਆਪਸ਼ਨ ਕੀ ਆ, ਉਹਦੇ ਨਾਲ ਵੀ ਹੋ ਸਕਦਾ ਬਾਗੀ ਤੁਹਾਡਾ ਜਿਹੜਾ ਉਹਦੇ 'ਤੇ ਪ੍ਰੈਸ਼ਰ ਆਵੇ ਕਿ ਵੀ ਯਾਰ ਆਪਾਂ ਕਹੀ ਤਾਂ ਜਾਂਦੇ ਹਾਂ ਵੀ ਬੰਦਾ ਉਹ ਲੱਭਣਾ ਜਿਹੜਾ ਧਾਰਮਿਕ ਤੌਰ 'ਤੇ ਪ੍ਰਪੱਖ ਹੋਵੇ, ਰਾਜਨੀਤੀ ਦੇ ਵਿੱਚ ਵੀ ਠੀਕ ਹੋਵੇ ਜਾਂ ਜਿਹਦੇ 'ਤੇ ਸਾਰਿਆਂ ਦੀ ਸਹਿਮਤੀ ਹੋਵੇ, ਪਰ ਉਹ ਉਸ ਲੀਡਰ ਦਾ ਕੱਦ ਬੁੱਤ ਕੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕੱਦ ਬੁੱਤ ਤੋਂ ਵੱਡਾ ਹੋਊਗਾ?
ਜਾਂ ਫਿਰ ਜੇ ਮੰਨ ਲਓ ਆਪਾਂ ਉਹਨਾਂ ਨੂੰ ਬਣਾ ਹੀ ਲੈਂਦੇ ਹਾਂ ਪ੍ਰਧਾਨ ਜਾਂ ਆਪਸ਼ਨ ਰੱਖਦੇ ਵੀ ਬਣਾ ਲਈਏ ਅਤੇ ਕੀ ਬਾਕੀ ਦੇ ਧੜੇ ਜਾਂ ਬਾਕੀ ਸਾਰੇ ਲੋਕ ਉਹਦੇ 'ਤੇ ਸਹਿਮਤੀ ਕਰ ਲੈਣਗੇ, ਮੈਨੂੰ ਲੱਗਦਾ ਵੀ ਇਸ ਚੀਜ਼ ਦਾ ਵੀ ਪ੍ਰੈਸ਼ਰ ਹੋਣਾ। ਤੁਸੀਂ ਗੱਲ ਕਰ ਰਹੇ ਸੀ ਉਦੋਂ ਪਹਿਲਾਂ ਵਿਰਸਾ ਸਿੰਘ ਬਲਟੋਆ ਹੋਰਾਂ ਵਾਲੀ, ਮੈਨੂੰ ਸੀ ਵੀ ਉਹਨੂੰ ਆਪਾਂ ਥੋੜ੍ਹਾ ਜਿਹਾ ਅੱਗੇ ਤੋੜ ਲਈਏ, ਉਦੋਂ ਬਾਅਦ ਫਿਰ ਬਾਕੀ ਧੜਿਆਂ ਦੇ ਆਉਣੇ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਬਹੁਤ ਸਾਰੇ ਜਿਹੜੇ ਲੀਡਰ ਨੇ ਅਕਾਲੀ ਦਲ ਦੇ ਵੀ, ਉਹਨਾਂ ਦੇ ਵਿੱਚੋਂ ਕਈਆਂ ਦੇ ਉੱਤੇ ਹੁਣ ਬਾਗੀਆਂ ਨੇ ਦੋਸ਼ ਲਾਉਣੇ ਆ ਜੀ ਆਹ ਕਰਦੇ ਰਹੇ ਅਸੀਂ ਤਾਂ ਚੁੱਪ ਰਹੇ, ਸਾਡੀ ਗਲਤੀ ਸਿਰਫ ਇੰਨੀ ਹੈ। ਹੁਣ ਵਿਰਸਾ ਸਿੰਘ ਬਲਟੋਆ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਫੋਟੋ ਪਾਈਆਂ, ਉਹ ਕਹਿੰਦੇ ਆ ਦੇਖੋ ਜੀ ਇੱਕ ਮੀਡੀਆ ਅਦਾਰੇ ਦੇ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਦਾਂ ਦੇ ਹੁਕਮ ਜਾਰੀ ਹੋਏ ਸੀ ਕਿ ਇਹਨਾਂ ਦੇ ਨਾਲ ਕੋਈ ਸਾਂਝ ਨਹੀਂ ਰੱਖਣੀ ਕਿਉਂਕਿ ਉਹਨਾਂ ਦੇ ਮੁਖੀ ਦੇ ਨਾਲ ਕੋਈ ਰਿੜਕਾ ਸੀ, ਅਤੇ ਆਹ ਦੇਖੋ ਜੀ ਕਹਿੰਦੇ ਨਾਲ ਸਾਰਿਆਂ ਨੇ ਉਹਨਾਂ ਨੂੰ ਇੰਟਰਵਿਊਜ਼ ਦਿੱਤੀਆਂ, ਫੋਟੋ ਲਾਈਆਂ ਥੱਲੇ ਮਲੂਕਾ ਸਾਹਿਬ ਦੀ ਬਾਕੀਆਂ ਦੀ, ਕਿ ਉਹ ਕਹਿੰਦੇ ਜੀ ਆਹ ਫਿਰ ਠੀਕ ਹੈ ਹੁਣ ਅਕਾਲ ਤਖਤ ਦਾ ਹੁਕਮ ਮੰਨਿਆ ਉੱਥੇ ਨੂੰ ਚੱਲੇ ਹੋ ਪਹਿਲੀ ਨੂੰ, ਬਲਟੋਆ ਸਾਹਿਬ ਚੀਜ਼ ਤਾਂ ਚੱਜ ਦੀ ਕੱਢ ਕੇ ਲਿਆਇਆ। ਪਰ ਸਵਾਲ ਇੱਥੇ ਵੀ ਉਹੀ ਖੜਾ ਹੁੰਦਾ ਕਿ ਬਲਟੋਆ ਸਾਹਿਬ ਇਹ ਬੰਦੇ ਪਰਸੋਂ ਤੱਕ ਤੁਹਾਡੇ ਨਾਲ ਹੀ ਸੀਗੇ, ਜਿੰਨੀ ਦੇਰ ਤੁਹਾਡੇ ਨਾਲ ਸੀ ਉਨੀ ਦੇਰ ਭਾਵੇਂ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਜਾਈਏ ਹੁਣ ਉਦੋਂ ਦਾ ਕੋਈ ਇਤਰਾਜ਼ ਨਹੀਂ ਹੈ। ਅੱਜ ਉਹ ਬੰਦੇ ਅੱਡ ਹੋ ਗਏ ਤਾਂ ਆਪਾਂ ਫੋਟੋ ਕੱਢ ਕੇ ਪਾਤੀਆਂ, ਜਾਣੀ ਮੈਂ ਨਹੀਂ ਕਹਿੰਦਾ ਤੁਸੀਂ ਕਿਉਂ ਪਾਈਆਂ, ਤੁਸੀਂ ਠੀਕ ਪਾਈਆਂ, ਤੁਸੀਂ ਗਲਤ ਬਿਲਕੁਲ ਨਹੀਂ ਹੋ। ਪਰ ਜਿੱਦਾਂ ਪਹਿਲੇ ਬੰਦੇ ਕਹਿੰਦੇ ਹੁੰਦੇ ਸੀ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ, ਜਨਾਲਾ ਸਾਹਿਬ ਕਿ ਭਾਈ ਅਸੀਂ ਕੋਰ ਕਮੇਟੀ 'ਚ ਅੰਦਰ ਖਾਤੇ ਬਥੇਰਾ ਰੌਲਾ ਪਾਇਆ ਤਾਂ ਸਾਡੀ ਮੰਨੀ ਨਹੀਂ, ਅਸੀਂ ਤਾਂ ਬਾਹਰ ਆਏ। ਬੀਬੀ ਜਗੀਰ ਕੌਰ ਹੋਰੀ ਕਹਿੰਦੇ ਜੀ ਸਾਡੀ ਗਲਤੀ ਇੰਨੀ ਹੈ ਕਿ ਅਸੀਂ ਚੁੱਪ ਰਹੇ ਉਦੋਂ, ਚਾਹੇ ਉਹ ਬੇਅਦਬੀ ਵਾਲਾ ਮੁੱਦਾ, ਚਾਹੇ ਗੋਲੀ ਕਾਂਡ ਵਾਲੇ ਮੁੱਦੇ, ਤਾਂ ਫਿਰ ਚੁੱਪ ਤਾਂ ਇਹ ਵੀ ਰਹੇ, ਗਲਤੀ ਤਾਂ ਹੈਗੀ ਹੈ ਨਾ। ਇਹ ਮੈਂ ਕੋਰ ਕਮੇਟੀ ਵਾਲੀ ਗੱਲ ਵੀ ਇੱਕ ਮਲੂਕਾ ਸਾਹਿਬ ਦੀ ਗੱਲ ਮੈਂ ਸੁਣ ਰਿਹਾ ਸੀ, ਉਹ ਨਾ ਜਿਹੜੀ ਨਵੀਂ ਗੱਲ ਕੱਢ ਮਾਰੀ ਵਿੱਚੋਂ, ਮੈਨੂੰ ਲੱਗਦਾ ਵੀ ਉਹ ਵੀ ਸ਼ਾਇਦ ਹੋ ਸਕਦਾ ਵੀ ਮੁੱਖ ਕਾਰਨ ਹੋਵੇ ਸਾਰੇ ਰੇੜਕੇ ਦਾ ਜੀ। ਹੁਣ ਅਕੋਰਡਿੰਗ ਟੂ ਸਿਕੰਦਰ ਸਿੰਘ ਮਲੂਕਾ ਸਾਹਿਬ, ਉਹ ਕਹਿੰਦੇ ਆ ਕਿ ਵੀ ਪ੍ਰਧਾਨ ਜੀ ਸ਼ਬਦ ਉਹਨਾਂ ਨੇ ਵਰਤਿਆ, ਉਹ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਕਹਿੰਦੇ ਵੀ ਬਸ ਇੱਕ ਹੀ ਬੰਦਾ ਹੁੰਦਾ, ਉਹਦੀ ਸਲਾਹ ਹੁੰਦੀ ਹੈ, ਉਦੋਂ ਬਾਅਦ ਬਾਕੀ ਬੰਦਿਆਂ ਦੀ ਬਹੁਤਿਆਂ ਦੀ ਸਲਾਹ ਸਲੂਹ ਨਹੀਂ ਹੁੰਦੀ ਕੋਈ ਵੀ। ਹੁਣ ਸਵਾਲ ਇਹ ਪੁੱਛਿਆ ਵੀ ਮਹਾਰਾਜ ਉਹ ਤਾਂ ਫਿਰ ਕੋਰ ਕਮੇਟੀ ਹੈ, ਹੋਰ ਕਈ ਬੰਦਿਆਂ ਦੇ ਨਾਲ ਉਹਦੇ ਸਲਾਹਾਂ 'ਚ ਘੰਟਾ ਘੰਟਾ ਕਈ ਕਈ ਟਾਈਮ ਮੀਟਿੰਗਾਂ ਚੱਲਦੀਆਂ ਰਹੀਆਂ ਤੁਹਾਡੀਆਂ, ਫਿਰ ਮੀਟਿੰਗ ਕਾਹਦੀ, ਉਹਦੇ ਬਹਿ ਕੇ ਗੱਲਾਂ ਹੀ ਕਰਨੀਆਂ, ਕਰੀ ਜਾਓ ਕਹੀ ਜਾਓ ਤੁਸੀਂ। ਫਿਰ ਸਵਾਲ ਇਹ ਵੀ ਆਉਂਦਾ ਵੀ ਯਾਰ ਮਤਲਬ ਇੰਨੇ ਬੰਦੇ ਤੁਸੀਂ ਸਿਆਣੇ ਸਿਰ ਬਕਾਇਦਾ ਅਹੁਦੇਦਾਰੀਆਂ ਅਹੁਦੇਦਾਰ ਬੈਠੇ ਨੇ, ਅਹੁਦੇਦਾਰ ਆਪਣੀ ਆਪਣੀ ਗੱਲ ਕਰਦੇ ਨੇ, ਅਤੇ ਸਾਹਮਣੇ ਜਵਾਬ, ਉਹ ਕਹਿੰਦੇ ਸਾਹਮਣੇ ਜਵਾਬ ਇਹੋ ਵੀ ਤੁਸੀਂ ਦੇਈ ਜਾਓ ਸਲਾਹ ਮੰਨਣੀ ਤਾਂ ਆਪਾਂ ਆਪਣੀ ਮਰਜ਼ੀ ਤਾਂ ਆਪਾਂ ਆਪਣੀ ਕਰਨੀ। ਮਤਲਬ ਇਹ ਵੀ ਮਲੂਕਾ ਸਾਹਿਬ ਦਾ ਦੋਸ਼ ਇਹ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਿਸੇ ਦੀ ਸੁਣ ਲੈਂਦੇ ਆ, ਕਰਦੇ ਆਪਣੇ ਮਨ ਦੀ ਆ, ਅਤੇ ਉਹ ਕਹਿੰਦੇ ਵੀ ਬਹੁਤੇ ਬੰਦਿਆਂ ਦੀ ਸਲਾਹ ਸਲੂਹ ਨਹੀਂ ਹੁੰਦੀ, ਸਲਾਹ ਇੱਕੇ ਬੰਦੇ ਦੀ ਹੁੰਦੀ, ਉਹਦੇ ਹਿਸਾਬ ਨਾਲ ਹੀ ਕੰਮ ਚੱਲੂਗਾ। ਉਹ ਕੌਣ ਨੇ? ਸੁਖਬੀਰ ਸਿੰਘ ਬਾਦਲ ਸਾਹਿਬ ਆਪ ਹੀ। ਅੱਛਾ ਅੱਛਾ, ਮੈਂ ਕਹਿੰਦੇ ਨਾਲ ਹੋਰ ਵੀ ਜਿਹਨੇ, ਨਾ ਉਹ ਆਪ ਹੀ ਨੇ, ਇਹੀ ਤਾਂ ਚੱਕਰ। ਉਹ ਕਹਿੰਦੇ ਵੀ ਇੱਕੇ ਬੰਦੇ ਦੀ ਮੰਨੀ ਜਾਣੀ, ਅਤੇ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਆਪ ਨੇ, ਉਹ ਕਹਿੰਦੇ ਵੀ ਬਹੁਤੇ ਬੰਦਿਆਂ ਦੇ ਨਾਲ ਸਲਾਹ ਨਹੀਂ ਕਰਨ ਦੀ ਲੋੜ। ਹੁਣ ਮਤਲਬ ਇਹ ਕਿ ਜੇ ਇਹ ਗੱਲ ਸੱਚੀ ਹੈ, ਇਹਦਾ ਮਤਲਬ ਵੀ ਜਦੋਂ ਤੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਉਦੋਂ ਤੋਂ ਜਿੰਨੀਆਂ ਕੋਰ ਕਮੇਟੀਆਂ, ਜਿੰਨੀਆਂ ਅਹੁਦੇਦਾਰੀਆਂ, ਬਾਕੀ ਸਾਰਾ ਕੁਝ ਚੱਲੀ ਜਾਂਦਾ, ਉਹ ਫਿਰ ਐਵੇਂ ਗੱਲਾਂ ਹੀ ਸੀ। ਇਹਦਾ ਮਤਲਬ ਵੀ ਹੁਣ ਤੱਕ ਅਕਾਲੀ ਦਲ ਨੂੰ ਜਿਵੇਂ ਚਲਾਇਆ ਜਾ ਰਿਹਾ ਸੀ, ਜੇ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਇਕੱਲੇ ਹੀ ਚਲਾ ਰਹੇ ਸੀ, ਆਪਣੇ ਹਿਸਾਬ ਨੇ ਚਲਾ ਰਹੇ ਸੀ, ਅਤੇ ਫਿਰ ਕਿਤੇ ਨਾ ਕਿਤੇ ਬਾਗੀਆਂ ਦੀ ਗੱਲ 'ਚ ਵਜ਼ਨ ਆਉਂਦਾ ਵੀ ਮਹਾਰਾਜ ਜੇ ਨਿਗਾਰ ਦਾ ਕਾਰਨ ਇਸ ਤੱਕ ਪਹੁੰਚ ਗਿਆ ਅਤੇ ਫਿਰ ਜ਼ਿੰਮੇਵਾਰ ਬੰਦਾ ਜਿਹੜਾ ਅਸਤੀਫਾ ਦੇਵੇ। ਇਹ ਨਾ ਸੰਧਾਲੀਆ ਸਾਹਿਬ, ਜਿੱਥੇ ਕੁ ਅਕਾਲੀ ਦਲ ਦਾ ਇਹ ਮਸਲਾ ਪਹੁੰਚ ਗਿਆ, ਇੱਕ ਗੱਲ ਤੁਸੀਂ ਕੱਲ੍ਹ ਚਰਚਾ ਛੇੜੀ ਸੀ ਉਹਦੀ ਕਿ ਹੁਣ ਮੁਕਾਬਲਾ ਇਸ ਗੱਲ ਦਾ ਰਿਹਾ ਹੀ ਨਹੀਂ ਕਿ ਜਲੰਧਰ ਵੈਸਟ ਚੋਣ ਕੌਣ ਜਿੱਤੂ, ਉਹ ਤਾਂ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਉੱਪਰ ਮੁਕਾਬਲਾ, ਇਹ ਥੱਲੜੇ ਪਾਸੇ ਮੈਚ ਹੈ ਇੱਕ ਜਿਹਦੇ ਵਿੱਚ ਅਕਾਲੀ ਦਲ ਜਿਹਨੇ BSP ਨੂੰ ਸਪੋਰਟ ਕੀਤਾ ਉਹਨਾਂ ਦੀ ਵੋਟ ਕਿੰਨੀ ਨਿਕਲਦੀ ਆ, ਅਤੇ ਬੀਬੀ ਸੁਰਜੀਤ ਕੌਰ ਜਿਹੜੇ ਅਕਾਲੀ ਦਲ ਦੇ ਤਕੜੀ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਪਰ ਬਾਗੀ ਧੜਾ ਉਹਨਾਂ ਦੇ ਨਾਲ ਹੈ ਅਕਾਲੀ ਦਲ ਦਾ, ਉਹਨਾਂ ਨੂੰ ਵੋਟ ਕਿੰਨੀ ਨਿਕਲਦੀ ਹੈ, ਇਹਨਾਂ ਦੀ ਦੌੜ ਹੈ ਆਪਸ ਦੇ ਵਿੱਚ, ਹਾਲ ਬਹੁਤਾ ਬੁਰਾ। ਜੇ 26, 36 ਅਤੇ 46 4500 ਵੋਟਾਂ ਨੇ ਟੋਟਲ ਇਹ ਅਕਾਲੀ ਦਲ ਅਤੇ ਬਸਪਾ ਦੀਆਂ ਉੱਥੇ, ਅਤੇ ਉੱਧਰਲੇ ਪਾਸੇ ਹੁਣ ਕੀ ਪਤਾ ਉਹਨਾਂ ਦੇ ਵਿੱਚੋਂ ਅਕਾਲੀ ਦਲ ਵਾਲੀਆਂ ਕਿੰਨੀਆਂ ਕੁ ਪੈਂਦੀਆਂ, ਮੰਨ ਲਓ ਅਕਾਲੀ ਦਲ ਦੀ 1000 ਨਹੀਂ ਪੈਂਦੀ, ਉਹ ਕਿੰਨੀ ਰਹਿ ਗਈ ਹੈ, 3600 3500 ਰਹਿ ਗਈ ਹੈ।
ਕੀ ਬਾਗੀ ਅਕਾਲੀ ਬੀਬੀ ਸੁਰਜੀਤ ਕੌਰ ਨੂੰ 3500 ਵੋਟ ਬਣਾ ਪਵਾ ਸਕਣਗੇ? ਸਿਰ 3500 ਤਾਂ ਜੇ ਉਹ ਬਰਾਬਰ ਵੀ ਚਲੇ ਜਾਂਦੇ ਉੱਧਰ ਦੋ ਪਾਰਟੀਆਂ ਦੀਆਂ ਵੋਟਾਂ ਹੋਣਗੀਆਂ, ਅਤੇ ਇਧਰਲੇ ਪਾਸੇ ਬਿਨਾਂ ਪ੍ਰਧਾਨ ਤੋਂ ਵੋਟਾਂ ਹੋਣਗੀਆਂ, ਅਤੇ ਕੱਲ੍ਹ ਨੂੰ ਉਹ ਕਹਿਣ ਵਾਲੇ ਹੋਣਗੇ ਕਿ ਪਾਈਆ ਦੇਖੋ ਜਦੋਂ ਪ੍ਰਧਾਨ ਸਾਹਿਬ ਨਾਲ ਸੀ 2600 ਵੋਟਾਂ ਪਈਆਂ, ਅਸੀਂ 3500-3600 ਲੈ ਗਏ ਹਾਂ। ਯਾਨੀ ਇਹ ਇੱਕ ਮੁਕਾਬਲਾ ਬਣ ਗਿਆ। ਹੋ ਸਕਦਾ ਲੋਕਾਂ ਨੂੰ ਚੇਤਾ ਭੁੱਲ ਜਾਵੇ ਸ਼ੀਤ ਲੰਗਰਾਲ ਜਿੱਤੂ, ਬੀਬੀ ਸੁਰਿੰਦਰ ਕੌਰ ਜਿੱਤੂ ਜਾਂ ਫਿਰ ਮਹਿੰਦਰ ਭਗਤ ਜਿੱਤੂ। ਲੋਕਾਂ ਨੂੰ ਚੇਤਾ ਹੀ ਭੁੱਲ ਜਾਣਾ, ਲੋਕਾਂ ਨੂੰ ਚੇਤਾ ਹੀ ਇਹ ਰਹਿਣਾ ਕਿ ਭਾਈ ਚੌਥੇ ਦੇ ਕੌਣ ਹੈ ਅਤੇ ਪੰਜਵੇਂ ਦੇ ਕੌਣ ਹੈ, ਕਿਉਂਕਿ ਇਸ ਵੇਲੇ ਲੜਾਈ ਤਾਂ ਉਸੇ ਗੱਲ ਦੀ ਹੈ ਨਾ। ਹੁਣ ਇਹਨਾਂ ਦੋਨਾਂ ਧਿਰਾਂ ਦੇ ਵਿੱਚੋਂ ਕਿਸੇ ਨੇ ਇਹ ਥੋੜ੍ਹੀ ਕਿਹਾ। ਹੁਣ ਮੈਂ ਤਾਂ ਜਸਵੀਰ ਸਿੰਘ ਗੜੀ ਸਾਹਿਬ ਵੀ ਕਹਿੰਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਅਕਾਲੀ ਦਲ ਨੇ BSP ਦੇ ਉਮੀਦਵਾਰ ਸਪੋਰਟ ਕੀਤੀ, ਪਰ ਗੜੀ ਸਾਹਿਬ ਜਿਹੜੇ ਕਾਰਨ ਕਰਕੇ ਤੁਸੀਂ ਛੱਡ ਕੇ ਗਏ ਸੀ ਉਦੋਂ, ਉਹ ਕਾਰਨ ਖਤਮ ਹੋ ਗਿਆ ਹੁਣ? ਹੁਣ ਤਾਂ ਨਹੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਨਾਲ ਕੋਈ ਤੁਹਾਨੂੰ ਲੱਗਦਾ ਸੀ ਕਿ ਉੱਧਰਲੇ ਪਾਸੇ ਨੂੰ ਜ਼ਿਆਦਾ ਵੱਧ ਰਹੇ ਹੈ? ਦੂਸਰੇ ਪਾਸੇ ਇਹ ਵੀ ਹੋ ਸਕਦਾ ਕਿ ਅਕਾਲੀ ਦਲ ਨੂੰ ਬਾਕੀ ਜਿਹੜੀਆਂ 4 ਸੀਟਾਂ ਨੇ ਉਹਨਾਂ ਦੇ ਵਿੱਚੋਂ ਕਿਤੇ ਆਸ ਹੋਵੇ, ਖਾਸ ਤੌਰ ਦੇ ਉੱਤੇ ਚੱਬੇਵਾਲ ਵਾਲੀ ਜਿਹੜੀ ਸੀਟ ਹੈ ਹੁਸ਼ਿਆਰਪੁਰ ਦੇ ਵਿੱਚ, ਬਸਪਾ ਦੇ ਕੋਲ ਕੁਛ ਵੋਟਰ ਹੈਗੇ ਆ, ਹੋ ਸਕਦਾ ਕਿ ਅਕਾਲੀ ਦਲ ਨੂੰ ਉੱਧਰ ਆਸ ਹੋਵੇ ਕਿ ਜਿਹੜਾ ਬੰਦਾ ਖੜਾ ਕਰਾਂਗੇ ਇੱਥੇ ਅਸੀਂ ਸਪੋਰਟ ਕਰ ਦਈਏ, ਉੱਥੇ ਉਹਨਾਂ ਤੋਂ ਸਪੋਰਟ ਲੈ ਲਈਏ ਕੱਲ੍ਹ ਨੂੰ। ਉਹ ਦਿੰਦੇ ਆ ਮਦਦ ਕਿ ਨਹੀਂ ਦਿੰਦੇ ਉਹ ਇੱਕ ਵੱਖਰੀ ਗੱਲ ਹੈ, ਪਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਆਪਾਂ ਗੱਲ ਕਰਦੇ ਸੀਗੇ ਨਵਾਂ ਅਕਾਲੀ ਦਲ, ਇੱਕ ਨਵੀਂ ਪਾਰਟੀ ਬਣ ਗਈ, ਸ਼ੇਰੇ ਪੰਜਾਬ ਦਲ ਬਣਿਆ ਪੰਜਾਬ 'ਚ, ਭਾਈ ਬਲਦੇਵ ਸਿੰਘ ਬਡਾਲਾ ਉਹਦੇ ਮੁਖੀ ਮੁੱਖ ਸੇਵਾਦਾਰ, ਅਤੇ ਭਾਈ ਬਲਦੇਵ ਸਿੰਘ ਬਡਾਲਾ ਹੋਰਾਂ ਦੇ ਬਾਰੇ ਵਿੱਚ ਸਭ ਜਾਣਦੇ ਆ, 328 ਜਿਹੜੇ ਸਰੂਪ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਸਭ ਤੋਂ ਵੱਧ ਮੁੱਦਾ ਜੇ ਚੁੱਕਿਆ ਤਾਂ ਉਹਨਾਂ ਨੇ ਚੁੱਕਿਆ। ਜੇ ਵਿਰਾਸਤੀ ਮਾਰਗ ਰਾਹੀਂ ਸ਼੍ਰੀ ਦਰਬਾਰ ਸਾਹਿਬ ਨੂੰ ਜਾਈਏ ਤਾਂ ਮੈਨੂੰ ਲੱਗਦਾ ਕਿ ਅਜੇ ਤੱਕ ਵੀ ਉਹ ਅੰਦੋਲਨ ਥੋੜ੍ਹਾ ਚੱਲਦਾ, ਬਹੁਤਾ ਚੱਲਦਾ ਭਾਈ ਬਲਦੇਵ ਸਿੰਘ ਬਡਾਲਾ ਹੋਰਾਂ ਨੇ ਚਲਾਇਆ। ਜਦੋਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਦੀ ਕਿਤੇ ਗੱਲ ਆਉਂਦੀ ਹੈ, ਪਾਠੀ ਸਿੰਘਾਂ ਕੀਰਤਨੀ ਜਥੇ ਰਾਗੀਆਂ ਢਾਡੀਆਂ ਦੀ ਗੱਲ ਆਉਂਦੀ ਹੈ, ਭਾਈ ਬਲਦੇਵ ਸਿੰਘ ਬਡਾਲਾ ਉੱਠ ਕੇ ਖੜਦੇ ਆ। ਉਹਨਾਂ ਨੇ ਸਿਆਸੀ ਪਾਰਟੀ ਹੁਣ ਬਣਾ ਲਈ, ਉਹ ਕਹਿੰਦੇ ਜੀ ਆ ਲਓ ਸਿਆਸੀ ਪਾਰਟੀ। ਯਾਨੀ ਤੁਸੀਂ ਦੇਖੋ ਕਿ ਉਹਨਾਂ ਦਾ ਚਿਹਰਾ ਮੂਹਰਾ ਸਿੱਖੀ ਸਰੂਪ ਵਾਲਾ, ਮੁੱਦੇ ਹੁਣ ਤੱਕ ਚੱਕੇ ਸਿੱਖੀ ਸਰੂਪ ਵਾਲੇ, ਪੰਥਕ ਮੁੱਦੇ, ਉਹ ਮੁੱਦੇ ਅਕਾਲੀ ਦਲ ਚੱਕਦਾ ਹੁੰਦਾ ਸੀ। ਅਕਾਲੀ ਦਲ ਦੋ ਫਾੜ ਹੋ ਗਿਆ, ਲੋਕਾਂ ਨੇ ਅਕਾਲੀ ਦਲ ਨੂੰ ਬਹੁਤਾ ਕਰਕੇ ਪਹਿਲਾਂ ਹੀ ਛੱਡ ਦਿੱਤਾ। ਭਾਈ ਅੰਮ੍ਰਿਤਪਾਲ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਅਜੇ ਅੰਦਰ ਨੇ, ਕੀ ਭਾਈ ਬਲਦੇਵ ਸਿੰਘ ਬਡਾਲਾ ਸਾਹਿਬ ਨੇ ਦੇਖਿਆ ਕਿ ਸਹੀ ਸਮਾਂ ਹੈ, ਠੀਕ ਸਮਾਂ ਹੈ ਸਿਆਸੀ ਪਾਰਟੀ ਬਣਾਈਏ? ਵੇਖੋ ਭਾਈ ਬਲਦੇਵ ਸਿੰਘ ਬਡਾਲਾ ਹੋਰੀ ਵੇਖੋ ਜੀ ਬਣਾ ਸਕਦੇ, ਉਹ ਆਜ਼ਾਦ ਨਾਗਰਿਕ ਨੇ, ਪਾਰਟੀ ਬਣਾਉਣ ਦੀ ਕਿਹੜੀ ਗੱਲ ਹੈ, ਕਈ ਬੰਦਿਆਂ ਨੇ ਬਣਾਈ ਹੈ ਤੋਂ ਪਹਿਲਾਂ। ਪਰ ਉਹ ਪਾਰਟੀ ਬਣਨ ਤੋਂ ਬਾਅਦ ਵੀ ਨਾ ਮੈਨੂੰ ਲੱਗਦਾ ਵੀ ਕਈ ਸਵਾਲ ਮੇਰੇ ਦਿਮਾਗ 'ਚ ਆਏ, ਤੁਹਾਡੇ ਦਿਮਾਗ 'ਚ ਆਏ ਹੋਣਗੇ, ਹੋ ਸਕਦਾ ਪਰਿਵਾਰ ਦੇ ਦਿਮਾਗ 'ਚ ਆਏ ਹੋਣ, ਤੁਸੀਂ ਵੀ ਜ਼ਿਕਰ ਕਰਿਓ ਟਿੱਪਣੀਆਂ ਦੇ ਰੂਪ 'ਚ। ਹੁਣ ਜੇ ਆਪਾਂ ਪੰਜਾਬ 'ਚ ਹੀ ਗੱਲ ਕਰੀਏ, ਆਪਾਂ ਚਲੋ ਉਹਨਾਂ ਪਾਰਟੀਆਂ ਦੀ ਗੱਲ ਨਹੀਂ ਕਰਦੇ ਜਿਹੜੀਆਂ ਵੈਸੇ ABCD ਨੇ, ਆਪਾਂ ਗੱਲ ਕਰਦੇ ਜਿਹੜੀਆਂ ਸਿੱਖ ਧਰਮ ਨੂੰ ਜਾਂ ਸਿੱਖ ਧਰਮ ਦੇ ਮੁੱਦਿਆਂ ਨੂੰ ਸੰਬੋਧਿਤ ਹੋ ਕੇ ਬਣੀਆਂ ਪਾਰਟੀ ਨੇ, ਉਹ ਕਹਿੰਦੇ ਵੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਉਣੇ। ਪਹਿਲੀ ਗੱਲ ਤੁਸੀਂ ਅਕਾਲੀ ਦਲ ਦੀ ਗਿਣਤੀ ਕਰ ਲਓ ਵੀ ਕਿੰਨੇ ਨੇ ਪੰਜਾਬ 'ਚ। ਉਦੋਂ ਬਾਅਦ ਇਹਦੇ ਨਾਂ ਨਾਲ ਜਾਂ ਇਹਦੇ ਨਾਲ ਰਲਦੇ ਮਿਲਦੇ ਹੋਰ ਕਈ ਦਲ ਨੇ ਪੰਜਾਬ ਦੇ ਵਿੱਚ, ਉਹਦੇ ਵਰਗਾ ਹੀ ਇੱਕ ਦਲ ਜਾਂ ਇੱਕ ਪਾਰਟੀ ਹੋਰ ਸ਼ੇਰੇ ਪੰਜਾਬ ਦਲ ਜਿੱਦਾਂ ਤੁਸੀਂ ਕਿਹਾ ਉਹਨਾਂ ਨੇ ਬਣਾ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਇਹ ਸਾਰੇ ਬੰਦੇ ਜਿੰਨੇ ਵੀ ਬੰਦੇ ਨੇ, ਜੇ ਉਹ ਕਹਿੰਦੇ ਨੇ ਵੀ ਸਾਡਾ ਨਿਸ਼ਾਨਾ ਇੱਕ ਹੈ, ਸਿੱਖਾਂ ਦੇ ਮਸਲੇ ਹੱਲ ਕਰਾਉਣੇ ਆ, ਪੰਥਕ ਮਸਲੇ ਹੱਲ ਕਰਾਉਣੇ ਆ, ਪੰਜਾਬ ਦੀਆਂ ਬੜੇ ਚਿਰ ਤੋਂ ਜਿਹੜੀਆਂ ਹੱਕੀ ਮੰਗਾਂ ਨੇ ਪੈਂਡਿੰਗ ਤੁਰੀਆਂ ਆਉਂਦੀਆਂ ਉਹ ਸਾਰੀਆਂ ਹੱਲ ਕਰਾਉਣੀਆਂ, ਹੁਣ ਮੈਨੂੰ ਲੱਗਦਾ ਹੁੰਦਾ ਵੀ ਜੇ ਕਿਸੇ ਉਸ ਬੰਦੇ ਨੂੰ ਇਹ ਸਾਰੇ ਬੰਦੇ ਜਾ ਕੇ ਟਰਾਂਸਲੇਟ ਕਰਕੇ ਮੁੱਦਾ ਦੱਸਣ ਜਿਹਨੂੰ ਪੰਜਾਬੀ ਸਮਝ ਨਹੀਂ ਆਉਂਦੀ, ਉਹ ਜਦੋਂ ਬਾਅਦ ਦੇ ਵਿੱਚ ਹੋ ਸਕਦਾ ਲੀਕਾਂ ਮਾਰ ਕੇ ਵੇਖੀਏ ਵੀ ਯਾਰ ਇਹ ਗੱਲਾਂ ਦੇ ਸਾਰੀਆਂ ਬੰਦੇ ਸੇਮ ਹੀ ਕਰਦੇ ਆ, ਆਏ ਬੰਦੇ ਅਲੱਗ ਅਲੱਗ ਪਾਰਟੀਆਂ 'ਚੋਂ ਨੇ, ਇਹ ਕੀ ਚੱਕਰ? ਮਤਲਬ ਉਹ ਕਹਿੰਦਾ ਵੀ ਨਹੀਂ ਸਾਡੀ ਫਲਾਨੀ ਪਾਰਟੀ, ਸਾਡੀ ਫਲਾਨੀ ਪਾਰਟੀ, ਸਾਡੀ ਫਲਾਨੀ ਪਾਰਟੀ। ਹੁਣ ਜਦੋਂ ਇਹ ਗੱਲ ਆਊਗੀ ਤਾਂ ਇੱਕ ਬਹੁਤ ਵੱਡਾ ਸਵਾਲ ਬਣਨਾ, ਇਹਦਾ ਜਵਾਬ ਆਪਾਂ ਨਹੀਂ ਲੱਭਣਾ, ਇਹਦਾ ਜਵਾਬ ਉਹ ਲੋਕ ਲੱਭਣ ਜਿਹੜੇ ਇਹਨਾਂ ਸਾਰੀਆਂ ਪਾਰਟੀਆਂ 'ਚ ਵਿਚਰਦੇ ਨੇ ਜਾਂ ਉਹਨਾਂ ਦੇ ਮੁਖੀ ਨੇ, ਜਾਂ ਉਹਨਾਂ ਨੂੰ ਲੱਗਦਾ ਵੀ ਅਜੇ ਵੀ ਸਾਡੀ ਗੱਲ ਬਣ ਨਹੀਂ ਰਹੀ, ਇੱਕ ਅੱਧਾ ਅਕਾਲੀ ਦਲ ਅਜੇ ਹੋਰ ਬਣਨਾ ਚਾਹੀਦਾ। ਜੇ ਆ ਗਿਆ ਹੋਵੇ ਗੱਲ ਕਰਨ ਨਹੀਂ, ਦੱਸੋ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਬੰਦਿਆਂ ਨੇ ਪ੍ਰੈਸ ਕਾਨਫਰੰਸ ਕੀਤੀ,
ਤੇ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਮੰਗ ਕੀਤੀ, ਕਹਿੰਦੇ SGPC ਦੀਆਂ ਚੋਣਾਂ ਹੋਣੇ ਕਰਾਓ। ਚਲੋ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਪਤਾ ਕਿ ਮੁੱਖ ਵਿਰੋਧ ਕਿੰਨੇ ਕਰਨਾ ਅਕਾਲੀ ਦਲ ਨੇ, ਅਕਾਲੀ ਦਲ ਬਾਦਲ ਨੇ, ਉਹ ਦੋ ਧੜਿਆਂ ਦੇ ਵਿੱਚ ਵੰਡਿਆ ਪਿਆ ਅਤੇ ਉਹਦੀ ਸ਼ਕਤੀ ਕਾਫੀ ਛੋਟੀ ਹੋ ਚੁੱਕੀ ਹੈ ਲੋਕ ਸਭਾ ਚੋਣਾਂ 'ਚ ਉਹਨਾਂ ਨੇ ਦੇਖ ਲਿਆ, ਅਤੇ ਹੋਰ ਪਾਰਟੀਆਂ ਜਿਹੜੀਆਂ ਬਣੀ ਜਾਂਦੀਆਂ ਐਨ ਮੌਕੇ ਸਿਰ ਅਗਲਿਆਂ ਨੇ ਵੀ ਸਿਆਸੀ ਤੌਰ ਦੇ ਉੱਤੇ ਸੱਟ ਮਾਰਤੀ, ਅਤੇ ਹੋ ਸਕਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣਾ ਸੰਧਾਲੀਆ ਸਾਹਿਬ ਜਿਨ੍ਹਾਂ ਦੇ ਵੱਸ ਹੈ ਉਹ ਵੀ ਕਹਿਣ ਕੇ ਆਓ, ਕਮਜ਼ੋਰੀ ਤਾਂ ਕਰਨਾ ਚਾਹੁੰਦੇ ਸੀ ਬੰਦਿਆਂ ਨੂੰ, ਕਮਜ਼ੋਰ ਤਾਂ ਬੰਦੇ ਹੋ ਗਏ, ਧੜਿਆਂ 'ਚ ਵੰਡੇ ਗਏ, ਗਰੁੱਪ ਵੱਧ ਗਏ ਆ, ਅਤੇ ਹੁਣ ਕਿਉਂ ਨਾ ਸਹੀ ਵੇਲਾ, ਕਿਉਂਕਿ ਵੈਸੇ ਵੀ ਤਿਆਰੀਆਂ ਤਾਂ ਪੂਰੀਆਂ ਨੇ, ਵੋਟਾਂ ਬਣ ਰਹੀਆਂ, ਅਗਲੇ ਕਹਿਣਗੇ ਕਿ ਭਾਈ 15 ਦਿਨ ਆ ਵੋਟਾਂ ਬਣਾਉਣ ਦੇ, ਕਮਿਸ਼ਨ ਵਾਲੇ ਕਹਿਣਗੇ, ਉਸ ਤੋਂ ਬਾਅਦ ਵੋਟਰ ਲਿਸਟ ਜਾਰੀ ਹੋ ਜਾਣੀ, ਫਿਰ ਤਾਂ ਕੁਛ ਵੀ ਨਹੀਂ ਕਰਨ ਵਾਲਾ ਹੁੰਦਾ ਬਹੁਤ ਹੀ, ਜਾਣੀ 2-3 ਮਹੀਨਿਆਂ ਦੇ ਵਿੱਚ ਜੇ ਚੋਣਾਂ ਹੋ ਜਾਣਗੀਆਂ ਉਦੋਂ ਤੱਕ ਤਾਂ ਸਾਰਾ ਮਸਲਾ ਨਜਿੱਠਿਆ ਹੀ ਨਹੀਂ ਜਾਣਾ, ਕਿੱਥੇ ਜਾ ਕੇ ਫਿਰ ਪਾਰਟੀ ਦਾ ਚੋਣ ਨਿਸ਼ਾਨ ਕਿਹਦੇ ਕੋਲ ਹੋਏਗਾ, ਪਾਰਟੀ ਕਿਹਦੇ ਕੋਲ ਹੋਏਗੀ, ਚੋਣ ਕਮਿਸ਼ਨ ਦੇ ਕੋਲ ਜਾ ਕੇ ਪਟੀਸ਼ਨ ਹੀ ਪਾਉਣੀ ਹੈ ਕਿ ਭਾਈ ਅਸੀਂ ਜ਼ਿਆਦਾ ਬੰਦੇ ਉਹਨਾਂ ਨੇ ਕਢਾ ਸੀ, ਉੱਥੇ ਕਿਹੜਾ ਤੋਰ ਕੇ ਦਿਖਾ ਦੇਣੇ ਆ, ਉੱਥੇ ਤਾਂ ਕਈ ਕੁਛ ਕਰਨਾ ਪੈਂਦਾ ਹੁੰਦਾ। ਇਸ ਕਰਕੇ ਜੇ ਇਸ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਧੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ, ਐਨ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਜੇ ਕਿਤੇ ਐਲਾਨ ਹੋ ਗਿਆ, ਜਿਹਦੀਆਂ ਵੋਟਾਂ 6 ਮਹੀਨੇ ਹੋ ਗਈਆਂ ਬਣੀ ਜਾਂਦੀਆਂ, ਸੰਧਾਲੀਆ ਸਾਹਿਬ ਕੋਈ ਪਤਾ ਨਹੀਂ ਫਿਰ ਇੱਕ ਉੱਪਰ ਨੂੰ ਅਤੇ ਇੱਕ ਥੱਲੇ ਨੂੰ। ਵੇਖੋ ਬਾਠ ਸਾਹਿਬ, ਇੱਕ ਗੱਲ ਤਾਂ ਹੈਗੀ ਆ ਕਿ ਵੀ ਇਹ ਰੇੜਕਾ ਜਿੱਧਰ ਨੂੰ ਚੱਲ ਗਿਆ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਇਹਦਾ ਮੂੰਹ ਮਹਾਂਦਰਾ ਬਣੇ, ਹਾਲਾਂਕਿ ਢਿੱਲ ਮੱਠ ਕਿਸੇ ਵਾਲੇ ਪਾਸਿਓਂ ਨਹੀਂ ਹੈਗੀ, ਬਾਗੀ ਧੜੇ ਵਾਲੇ ਪਾਸਿਓਂ ਵੀ ਉਹ ਰੋਜ਼ ਕੋਈ ਨਾ ਕੋਈ ਵੱਟ ਕੱਢਦੇ ਨੇ, ਹੁਣ ਤਾਂ ਮੇਰਾ ਖਿਆਲ ਜਿਹੜਾ ਮੁੱਖ ਅਕਾਲੀ ਦਲ ਆ ਜਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਜਿਹੜੇ ਬੰਦੇ ਨੇ ਉਹਨਾਂ ਨੇ ਵੀ ਨਵੀਂ ਰਣਨੀਤੀ ਬਣਾ ਲਈ, ਕਿਉਂਕਿ ਵੱਖ ਵੱਖ ਹਲਕਿਆਂ 'ਚੋਂ ਪ੍ਰੈਸ ਕਾਨਫਰੰਸਾਂ ਹੋਣ ਲੱਗ ਪਈਆਂ, ਈਵਨ ਪਟਿਆਲੇ ਦੇ ਕਹਿੰਦੇ ਲੱਡੂ ਵੀ ਵੰਡੇ ਸੀ ਉਹਨਾਂ ਨੇ ਵੀ ਬੱਲੇ ਬੱਲੇ ਹੋ ਗਈ ਯਾਰ, 40 ਸਾਲਾਂ ਤੋਂ ਜਿਹੜੇ ਬੰਦੇ ਉੱਥੇ ਬੈਠੇ ਆ ਇਹ ਤਾਂ ਸਾਨੂੰ ਰਾਜ ਨਹੀਂ ਦਿੰਦੇ, ਚੰਗਾ ਹੋ ਗਿਆ ਚੱਲ ਗਏ ਨੇ, ਕਲੀਅਰ ਹੋ ਗਈ, ਹੁਣ ਸਾਡੀ ਵਾਰੀ ਆ ਗਈ। ਹੁਣ ਉਹਦੇ ਨਾਲ ਹੋ ਸਕਦਾ ਵੀ ਜਿਹੜੇ ਬੰਦੇ ਬਾਕੀ ਨੇ ਉਹਨਾਂ ਨੂੰ ਲੱਗੇ ਵੀ ਯਾਰ ਇਹ ਨਾ ਹੋਵੇ ਆਪਾਂ ਇੱਧਰ ਚੱਲ ਗਏ ਅਤੇ ਪਿੱਛੋਂ ਕੋਈ ਬੰਦੇ ਹੋਰ ਬਾਜ਼ੀ ਮਾਰ ਜਾਣ, ਕੀ ਚੱਲਦਾ ਚਲੋ 2-4 ਦਿਨਾਂ 'ਚ ਪਤਾ ਲੱਗ ਜੂਗਾ। ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਵੀ ਆਪਾਂ ਹੁਣ ਕੋਠੀ ਲੈ ਲਈ ਜਲੰਧਰ, ਅਤੇ ਆਪਾਂ ਹੁਣ ਰਿਹਾ ਕਹਿੰਦਾ ਇੱਥੇ ਮਾਝੇ ਨੂੰ ਅਤੇ ਦੁਆਬੇ ਨੂੰ ਬਸ ਲੋੜ ਹੀ ਨਹੀਂ ਚੰਡੀਗੜ੍ਹ ਜਾਣ ਦੀ, ਇੱਥੇ ਮਿਲ ਲਿਆ ਕਰੂ। ਹੁਣ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੈਂਪੇਨ ਦੀ ਸ਼ੁਰੂਆਤ ਕਰ ਦਿੱਤੀ, ਕਿਉਂਕਿ ਇਹ ਵਾਲੀ ਸੀਟ ਜਿੱਤਣੀ ਜਾਂ ਕੱਢਣੀ ਉਹ ਆਮ ਆਦਮੀ ਪਾਰਟੀ ਦੇ ਲਈ ਜ਼ਰੂਰੀ ਹੋਵੇ ਚਾਹੇ ਨਾ ਹੋਵੇ, ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਲਈ ਬਹੁਤ ਜ਼ਰੂਰੀ, ਕਿਉਂਕਿ ਨਾਲ ਦੀ ਨਾਲ ਹੀ ਵਿਰੋਧੀ ਭਾਵੇਂ ਚੰਨੀ ਸਾਹਿਬ ਲਾ ਲਈਏ, ਭਾਵੇਂ ਬਾਜਵਾ ਸਾਹਿਬ ਲਾ ਲਈਏ, ਉਹ ਰੋਜ਼ ਹੀ ਕਹਿੰਦੇ ਨੇ ਵੀ ਬਸ ਲੈ ਵੀਰ ਜੀ ਇਹ 10 ਜੁਲਾਈ ਦਾ ਕੰਮ ਆਉਣਾ ਹੈ ਨਤੀਜਾ, ਅਤੇ ਨਾਲ ਹੀ ਇੱਧਰੋਂ ਕੁਰਸੀ ਅਗਲਿਆਂ ਨੇ ਥੱਲਿਓਂ ਖਿਸਕਾ ਲੈਣੀ ਮੁੱਖ ਮੰਤਰੀ ਵਾਲੀ। ਹੁਣ ਜਿਹੜੀਆਂ ਗੱਲਾਂ ਹੋਣ ਲੱਗ ਪਈਆਂ ਉਹਦਾ ਕਰਕੇ ਇਸ ਵਕਤ ਪ੍ਰੈਸ਼ਰ 'ਤੇ ਫੀਲ ਕਰ ਰਹੇ ਭਗਵੰਤ ਮਾਨ ਸਾਹਿਬ। ਦੇਖੋ ਇਸ ਸੀਟ ਦੇ ਨਤੀਜੇ ਨੇ ਮੁੱਖ ਮੰਤਰੀ ਸਾਹਿਬ ਦੇ ਭਾਸ਼ਣ ਚੇਂਜ ਕਰਨੇ ਆ, ਹੁਣ ਫਿਰ ਇੱਦਾਂ ਨਹੀਂ ਕਹਿ ਸਕਣਗੇ ਜੇ ਹਰ ਗਿਆ ਤਾਂ ਭਾਈ ਪੰਜਾਬ ਦੇ ਲੋਕੋ 92 'ਚ ਤਾਂ ਅਸੀਂ 91 ਕਹਿਣੇ ਪੈਣੇ ਆ, ਠੀਕ ਹੈ ਜੀ। 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਕੀ ਕਹਿੰਦੇ ਹੋ ਸਕਦਾ, 93 ਕਹਿਣ ਲੱਗ ਪੈਣ, ਕੋਈ ਪੱਕਾ ਪਤਾ ਨਹੀਂ ਹੁੰਦਾ। ਪਰ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਰਣਨੀਤੀ ਬਿਲਕੁਲ ਬਦਲ ਲਈ ਗਈ ਹੈ, ਨਹੀਂ ਤਾਂ ਹੁਣ ਤੱਕ 3-4 ਰੋਡ ਸ਼ੋਅ ਕਰ ਦੇਣੇ ਸੀ, ਹੁਣ ਤੱਕ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਧੀ ਰੈਲੀ ਕਰ ਦੇਣੀ ਸੀ, ਆ ਜਦੋਂ ਲੋਕ ਸਭਾ ਦੀਆਂ ਚੋਣਾਂ ਮੁਖੀਆਂ ਨਤੀਜੇ ਅਜੇ ਆਉਣੇ ਸੀ, ਸਪੈਸ਼ਲ ਇੱਕ ਖਬਰ ਜਿਹੜੀ ਹੈ ਉਹ ਮੀਡੀਆ ਅਦਾਰਿਆਂ ਦੇ ਵਿੱਚ ਛਪੀ ਸੀ ਕਿ ਪੰਜਾਬ ਦੇ ਸਭ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਰੈਲੀਆਂ ਅਤੇ ਸਭ ਤੋਂ ਵੱਧ ਰੋਡ ਸ਼ੋਅ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੇ ਆ, ਪਰ ਉਹਨਾਂ ਦਾ ਸਿੱਟਾ ਕੋਈ ਬਹੁਤਾ ਸਾਰਥਕ ਨਹੀਂ ਨਿਕਲਿਆ। ਕਿੱਕਲੀ ਸੁਣਾਈ ਸੀ, ਜਿੱਥੇ ਕਿੱਕਲੀ ਜਾ ਕੇ ਬਣਾਈ ਸੀ ਤਾਂ ਸੁਣਾਈ ਸੀ ਉੱਥੋਂ ਅਕਾਲੀ ਉਮੀਦਵਾਰ ਜਿਹੜੇ ਆ ਉਹ 50-55 ਹਜ਼ਾਰ ਵੋਟਾਂ ਦੇ ਫਰਕ ਨਾਲ ਬਠਿੰਡੇ ਹੋ ਜਿੱਤੇ ਆ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੇ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਰਣਨੀਤੀ ਬਦਲੀ ਹੈ। ਹੁਣ ਇੱਕ ਤਾਂ ਉਹ ਆਪਣੇ ਸਮੇਤ ਪਰਿਵਾਰ ਡੇਰਾ ਬੱਲਾਂ ਗਏ, ਮੱਥਾ ਟੇਕਿਆ, ਜਾ ਕੇ ਗੱਲਾਂ ਬਾਤਾਂ ਕੀਤੀਆਂ, ਚਰਚਾਵਾਂ ਹੋਈਆਂ। ਡੇਰਾ ਬੱਲਾਂ ਵਾਲਿਆਂ ਨੇ ਕਦੇ ਨਹੀਂ ਕਿਹਾ ਕਿ ਇਹਨੂੰ ਵੋਟਾਂ ਪਾਓ ਅਤੇ ਇਹਨੂੰ ਨਾ ਪਾਓ, ਅਤੇ ਉਹਦੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਪੱਛਮੀ ਹਲਕੇ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰਤਾ। ਡੋਰ ਟੂ ਡੋਰ ਜਾਣ ਮੁੱਖ ਮੰਤਰੀ ਸਾਹਿਬ, ਜਾਂ
ਮਹੱਲੇ ਦੇ ਨੇੜਿਓਂ ਮੀਟਿੰਗ ਕਰਨ, ਆਮ ਲੋਕਾਂ ਦੇ ਨਾਲ ਮੀਟਿੰਗ ਕਰਨ, ਬਾਹਰੋਂ ਬਹੁਤੇ ਬੰਦੇ ਸੱਦਣ ਦੀ ਲੋੜ ਨਹੀਂ ਹੈ। ਕਈ ਵਾਰੀ ਸੱਤਾਧਾਰੀ ਧਿਰ ਦੇ ਕੋਲ ਹੁੰਦਾ ਨਾ ਕਿ ਉੱਧਰੋਂ ਵੀ ਆ ਜਾਓ, ਡਿਊਟੀਆਂ ਲੱਗੀਆਂ, 20 ਬੰਦੇ ਮੇਰੇ ਨਾਲ ਆ ਜਾਓ, ਨਹੀਂ ਕਈ ਵਾਰੀ ਉਹਨਾਂ ਦਾ ਰਸ਼ ਹੁੰਦਾ, ਵੋਟਰ ਵਿੱਚ ਕੋਈ ਵੀ ਨਹੀਂ ਹੁੰਦਾ। ਆਮ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰੋ, ਸਵੇਰੇ ਉੱਠੋ 5-6 ਵਜੇ, ਜਿਹੜੇ ਲੋਕ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਲਓ, ਜਿਹੜੇ ਸਵੇਰੇ ਉੱਠ ਕੇ ਦੁੱਧ ਦਾ ਕੰਮ ਕਰਦੇ ਆ, ਦੁੱਧ ਦੀ ਦੁਕਾਨ ਸਭ ਤੋਂ ਪਹਿਲਾਂ ਬ੍ਰੈਡ ਦੁੱਧ ਹੀ ਖੁੱਲਦੀ ਹੈ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਲਓ, ਜਿਹੜੇ ਉੱਥੇ ਡੇਅਰੀ ਫਾਰਮ ਹੋਣਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ। ਦੇਰ ਸ਼ਾਮ ਤੱਕ ਜਿਹੜੇ ਧੰਦੇ ਚੱਲਦੇ ਆ, ਜਾਣੀ ਜੇ ਕਿਤੋਂ ਕੋਈ ਫੈਕਟਰੀ ਦੇਰ ਸ਼ਾਮ ਤੱਕ ਚੱਲਦੀ ਆ, ਜਦੋਂ ਉਹਦੇ ਖਾਤਮੇ ਦਾ ਟਾਈਮ ਹੈ, ਜਿਹੜੇ ਸਾਈਕਲ ਦੇ ਨਾਲ ਡੱਬਾ ਬਣ ਕੇ ਉਹਨਾਂ ਨੇ ਦੂਰ ਨਹੀਂ ਜਾਣਾ, ਉਹ ਹਲਕੇ ਦੇ ਬੰਦੇ ਹੁੰਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰਕੇ, ਮਸਲਾ ਇਹ ਨਹੀਂ ਹੈ ਕਿ ਇੱਦਾਂ ਕਰਦੇ ਨਾਲ ਤੁਸੀਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਮੀਨੀ ਚੋਣ ਜਿੱਤ ਜਾਓਗੇ ਆਮ ਆਦਮੀ ਪਾਰਟੀ ਵਾਲਿਓ, ਘੱਟੋ ਘੱਟ ਤੁਹਾਨੂੰ ਪੰਜਾਬ ਦੇ ਆਮ ਲੋਕਾਂ ਦੀ ਮੁਸ਼ਕਲ ਪਤਾ ਲੱਗ ਜੂ ਕਿ ਉਹ ਤੁਹਾਡੇ ਨਾਲ ਬਹੁਤੇ ਜ਼ਿਆਦਾ ਖੁਸ਼ ਕਿਉਂ ਨਹੀਂ। ਦੂਸਰੇ ਪਾਸੇ ਬੀਜੇਪੀ ਨੇ ਤਾਂ ਜ਼ੋਰ ਲਾਉਣਾ ਹੈ, ਸ਼ੀਤਲ ਅੰਗਰਾਲ ਸਿਟਿੰਗ MLA ਆਮ ਆਦਮੀ ਪਾਰਟੀ ਦਾ ਬੀਜੇਪੀ ਦਾ ਉਮੀਦਵਾਰ ਹੈ, ਉਹਨਾਂ ਦੇ ਹੱਕ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਉਂਦੇ ਆ, ਡੇਰਾ ਬਿਆਸ ਜਾਂਦੇ ਆ, ਅਤੇ ਫਿਰ ਜਲੰਧਰ ਵੀ ਆਉਂਦੇ ਆ, ਡੇਰਾ ਬੱਲਾਂ ਵਾਲੇ ਪਾਸੇ ਵੀ ਹੋ ਕੇ ਆਉਂਦੇ ਆ, ਅਤੇ ਹੋਰ ਵੀ ਕਈ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਆ, ਜਾਖੜ ਸਾਹਿਬ ਜਲੰਧਰ 'ਚ, ਚੰਨੀ ਸਾਹਿਬ ਜਲੰਧਰ 'ਚ, ਹੌਲੀ ਹੌਲੀ ਕਰਕੇ ਲੀਡਰਾਂ ਨੇ ਹੁਣ ਜਲੰਧਰ ਦੇ ਵਿੱਚ ਰੌਣਕਾਂ ਜਿਹੜੀਆਂ ਉਹ ਸੰਧਾਲੀਆ ਸਾਹਿਬ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਮੈਂ ਫਿਰ ਕਹਿੰਦਾ ਕਿ ਐਤਕੀ ਪ੍ਰਚਾਰ ਢੋਲ ਢਮੱਕੇ ਵਾਲਾ ਨਹੀਂ ਹੈ ਕਿ ਵੱਡੇ ਵੱਡੇ ਹੋਰਡਿੰਗ ਲਾ ਦਿਓ ਅਤੇ ਲੋਕਾਂ ਨੂੰ ਸਾਨੀ ਫੋਟੋ ਦੱਸੇ, ਕਿਉਂਕਿ ਉਹਨਾਂ ਨੇ ਹਿਸਾਬ ਲਾ ਲਿਆ ਕਿ ਫੋਟੋ ਜਿਹਦੀ ਮਰਜ਼ੀ ਦੱਸੇ, ਲੋਕ ਵੋਟ ਉੱਥੇ ਪਾਉਂਦੇ ਜਿਹੜਾ ਉਹਨੂੰ ਚੰਗਾ ਲੱਗੇ। ਹਾਂ, ਬਾਕੀ ਉੱਤੋਂ ਚਲੋ ਆਹ ਜਿਹੜਾ ਰੇੜਕਾ ਪੈ ਗਿਆ ਨਵਾਂ, ਇਹਦਾ ਕਰਕੇ ਥੋੜ੍ਹਾ ਜਿਹਾ ਹੋਰ ਲੋਕਾਂ ਦਾ ਧਿਆਨ ਹੋ ਗਿਆ ਵੀ ਹੁਣ ਕਿਹਨੂੰ ਵੋਟ ਪਾਉਣੀ। ਇਹ ਗੱਲ ਠੀਕ ਆ ਕਿ ਵੀ ਆਮ ਆਦਮੀ ਪਾਰਟੀ ਨੇ ਜ਼ੋਰ ਪੂਰਾ ਲਾਇਆ, ਐਂਡ ਜਿੰਨੀ ਵੱਡੀ ਨਿਰਾਸ਼ਤਾ ਉਹਨਾਂ 2024 ਵਾਲੀਆਂ ਚੋਣਾਂ 'ਚ ਮਿਲੀ ਜੀ, ਉਹਦੇ ਤੋਂ ਬਾਅਦ ਹੋ ਸਕਦਾ ਵੀ ਇਕੱਲੀ ਇਕੱਲੀ ਕਾਪੀ ਅਤੇ ਹੋਮਵਰਕ ਲਿਖ ਕੇ ਨਾ ਖੁਸ਼ ਕਤਲ ਖਾਈ ਕੇ ਹੋ ਜਾਂਦਾ ਨਾ ਵੀ ਹਾਂ ਪਹਿਲਾਂ ਪੂਰਨੇ ਪਾ ਲੈਣੇ ਆ ਫਿਰ ਮੁੜ ਕੇ ਦੋਹਰੇ ਐਂ ਵਧੀਆ ਵਧੀਆ ਸਾਫ਼ ਸਾਫ਼। ਪੂਰਨੇ ਕੀ ਹੁੰਦੇ ਆ ਜੀ ਦੱਸੋ? ਹਾਂ ਪੁੱਛ ਲਓ ਸਵਾਲ, ਪੂਰਨੇ ਕੀ ਹੁੰਦੇ ਜੀ ਉਹ ਪਹਿਲਾਂ ਤੁਸੀਂ ਦੱਸ ਦਿਓ। ਪੂਰਨੇ ਪਾ ਕੇ ਤੇ ਫਿਰ ਖੁਸ਼ ਕਤਲ ਖਾਈ ਲਿਖਣ ਚਾਹੁੰਦੇ ਆ? ਆਹੋ, ਮੈਂ ਕਿਹਾ ਥੋੜ੍ਹਾ ਪਰਚੀ ਵੀ ਦੇਣੀ ਹੁੰਦੀ ਨਾ ਕਈ ਵਾਰੀ, ਕਹਿੰਦਾ ਤੂੰ ਬੜੇ ਪੂਰਨੇ ਪਾਏ ਆ। ਹਾਂ ਨਹੀਂ ਨਹੀਂ ਇਹ ਕਲੀਅਰ ਹੋ ਗਈ ਗੱਲਬਾਤ, ਇਹ ਤੁਸੀਂ ਦੱਸਿਓ ਵੀ ਕੀ ਹੁੰਦਾ ਉਹਦਾ ਮਤਲਬ। ਹੁਣ ਮੈਂ ਇਹ ਸੋਚਦਾ ਸੀ ਆਮ ਆਦਮੀ ਪਾਰਟੀ ਵਾਲੇ ਨਾ ਹੋ ਸਕਦਾ ਉਹਨੂੰ ਲੱਗਦਾ ਹੋਵੇ ਵੀ ਯਾਰ ਅਸੀਂ ਇੰਨਾ ਕੁਛ ਕੀਤਾ, ਯਾਰ ਇੰਨੇ MLA ਸਾਡੇ ਇੱਥੋਂ ਤੱਕ ਸਰਕਾਰ, ਫਿਰ ਵੀ ਲੋਕਾਂ ਤੱਕ ਕਿਉਂ ਨਹੀਂ ਪਹੁੰਚੇ। ਮੇਰੇ ਦਿਮਾਗ 'ਚ ਉਦਾਹਰਣ ਆਉਂਦੀ ਸੀ ਇੱਕ ਬੜੀ ਵਧੀਆ, ਇੱਕ ਹੁੰਦਾ ਬੋਰਡ। ਬੋਰਡ ਜਿਹੜਾ ਉਹਦੀ ਜੜ ਤੁਸੀਂ ਦੇਖੋ ਵੀ ਜਿੱਥੇ ਹੁੰਦੀ ਉਦੋਂ ਬਾਅਦ ਅਗਲੀ ਨਵੇਂ ਥਾਂ ਉਹ ਜੜ ਲਾਉਂਦਾ। ਉਹ ਇਹ ਨਹੀਂ ਹੁੰਦਾ ਵੀ ਜੇ ਉਹਦਾ ਡਾਂਹ ਆ ਤਾਂ ਬੜੀ ਦੂਰ ਤੱਕ ਚੱਲ ਗਿਆ, ਉਹ ਜੇ ਵੱਧ ਗਿਆ ਡਾਂਹ ਤਾਂ ਉੱਥੇ ਉਹਦੀ ਫਿਰ ਇੱਕ ਜੜ ਲੱਗਦੀ ਵੀ ਇੱਕ ਸਪੋਰਟ ਆ, ਉਹ ਸਦੀਆਂ ਤੱਕ ਜਿਉਂਦਾ ਰਹਿੰਦਾ। ਹੁਣ ਕੀ ਆਮ ਆਦਮੀ ਪਾਰਟੀ ਦੀ ਰਣਨੀਤੀ ਬੋਰਡ ਵਾਲੀ ਹੈ ਵੀ ਅਸੀਂ ਜੇ ਪੰਜਾਬ 'ਚ ਆਏ ਹਾਂ ਤਾਂ ਪੰਜਾਬ 'ਚ ਅਸੀਂ ਬੋਰਡ ਬਣਨਾ, ਜੜਾਂ ਲਾਉਣੀਆਂ ਜੀ, ਜਾਂ ਫਿਰ ਆਮ ਆਦਮੀ ਦੀ ਪਾਰਟੀ ਦੀ ਜਿਹੜੀ ਰਣਨੀਤੀ ਉਹ ਮਨੀ ਪਲਾਂਟ ਵਰਗੀ ਜਿਹੜਾ ਬੋਤਲ 'ਚ ਲੱਗਾ ਹੁੰਦਾ, ਕੇਵਲ ਹੁੰਦਾ ਵੀ ਤੁਸੀਂ ਨੁੱਕਰੇ ਬੋਤਲ 'ਚ ਐਡੀ ਕੁ ਸ਼ੀਸ਼ੀ 'ਚ ਪਾਣੀ ਪਾ ਕੇ ਰੱਖਿਆ ਹੋਵੇ, ਉੱਥੋਂ ਜਿਉਂ ਵਧਿਓ ਬਾਰੀ ਦੇ ਘੇਰੇ ਘੇਰੇ ਘੁਮਾ ਦਿਓ, ਦਰਵਾਜ਼ਾ ਖੁੱਲਦਿਆਂ ਸਾਰੀ ਬੰਦਾ ਸੋਚੇ ਵੀ ਬੜਾ ਮਨੀ ਪਲਾਂਟ ਆ ਵੀ ਬੱਲੇ ਬੱਲੇ ਹੋ ਗਈ। ਕਿਸੇ ਦਾ ਧਿਆਨ ਨਹੀਂ ਜਾਂਦਾ ਵੀ ਇਹ ਨੁੱਕਰ ਜਿਹੜੀ ਬੋਤਲ ਪਈ ਉਹਦੇ 4 ਕੁ ਜੜਾਂ 'ਚ ਹੀ ਹੈ ਇਹ ਹਰਾ, ਅਤੇ ਜੇ ਬੋਤਲ 'ਚੋਂ ਪਾਣੀ ਘੱਟ ਗਿਆ ਜਾਂ ਬੋਤਲ ਚੁੱਕ ਕੇ ਕਿਸੇ ਨੇ ਲਾਂਭੇ ਕਰਤੀ ਤਾਂ ਇਹ ਮਨੀ ਪਲਾਂਟ ਗਿਆ ਸਮਝੋ। ਇਹ ਜ਼ਰੂਰ ਸੋਚੇ ਆਮ ਆਦਮੀ ਪਾਰਟੀ ਵੀ ਪੰਜਾਬ 'ਚ ਉਹਨਾਂ ਨੇ ਮਨੀ ਪਲਾਂਟ ਵਾਂਗੂ ਜਾਣਾ ਜਾਂ ਫਿਰ ਬੋਰਡ ਵਾਂਗੂ ਚੱਲਣਾ। ਇਹ ਗੱਲ ਹੋ ਸਕਦਾ ਕਿ ਉਹਨੂੰ ਬੜੀ ਡੂੰਘੀ ਲੱਗਦੀ ਹੋਈ, ਪਰ ਇਹਦਾ ਹਿਸਾਬ ਤਾਂ ਉਹਨਾਂ ਲਾਉਣਾ, ਕਿਉਂਕਿ ਸਿਆਸਤ ਤੋਂ ਨਾ ਕਰਨੀ ਆਪਾਂ ਥੋੜ੍ਹਾ। ਸੰਧਾਲੀਆ ਸਾਹਿਬ ਨਾਲ ਦੀ ਨਾਲ ਸਾਨੂੰ ਨਾ ਹੁਣ ਥੋੜ੍ਹਾ ਜਿਹਾ ਜਾਗਰੂਕ ਹੋ ਜਾਣਾ ਚਾਹੀਦਾ। ਗਰਮੀ ਬੜੀ ਸੀ, 4-5 ਹਫ਼ਤੇ ਕਡਿੱਲ ਕੱਢ ਕੇ ਰੱਖੇ। ਸਾਨੂੰ ਜਿੱਧਰਲੇ ਪਾਸਿਓਂ ਸਿਖਾਉਂਦੇ ਹੁੰਦੇ ਸੀ ਕਿ ਭਾਈ ਆ ਨਕਸ਼ਾ ਦੇਖੋ ਭਾਰਤ ਦਾ, ਮੌਨਸੂਨ ਪਾਉਣਾ ਇੱਧਰਲੇ ਪਾਸੇ ਆਉਂਦੀਆਂ, ਇੱਥੋਂ ਵਰਖਾ ਕਰਦੀਆਂ, ਉੱਧਰਲੇ ਪਾਸੇ ਜਾਂਦੀਆਂ, ਉੱਥੇ ਜਾ ਕੇ ਮੀਂਹ ਤਾਂ ਘੱਟ ਪੈਂਦੇ, ਉਦੋਂ ਤੱਕ ਬੱਦਲ ਕਮਜ਼ੋਰ ਹੋ ਜਾਂਦੇ, ਉਹਦੇ ਵਿੱਚ ਪਾਣੀ ਘੱਟ ਜਾਂਦਾ, ਰਾਜਸਥਾਨ ਦੇ ਵਿੱਚ ਮੀਂਹ ਤਾਂ ਨਹੀਂ ਪੈਂਦਾ ਕਿਉਂਕਿ ਰਾਵਲੀ ਪਰਬਤ ਸਿੱਧਾ ਜਾ, ਜੇ ਐਸ ਰੁੱਖ ਹੁੰਦਾ ਤਾਂ ਬੱਦਲ ਉਹਦੇ ਨਾਲ ਟਕਰਾ ਕੇ ਮੀਂਹ ਪੈਂਦਾ, ਕਈ ਕੁਛ। ਐਤਕੀ ਕਹਿੰਦੇ ਆ ਕਿ ਬੱਦਲ ਦੂਸਰੇ ਪਾਸਿਓਂ ਪਹਿਲਾਂ ਆ ਗਿਆ। ਕੀ ਜਲਵਾਯੂ ਪਰਿਵਰਤਨ ਦਾ ਅਸਰ ਹੈ, ਗਲੋਬਲ ਵਾਰਮਿੰਗ ਦਾ ਅਸਰ ਹੈ ਕਿ ਜਦੋਂ ਗਰਮੀ ਹੁੰਦੀ ਉਦੋਂ ਵੀ 50 ਡਿਗਰੀ ਨੂੰ ਉੱਪਰ ਜਾਈਦਾ,
ਜਦੋਂ ਮੀਂਹ ਪੈਣ ਲੱਗਦਾ ਤਾਂ ਸਾਨੂੰ ਲੱਗਦਾ ਕਿ ਭਾਈ ਡੋਬੀ ਜਾਣਾ ਹੈ, ਹੁਣ ਬਚਣਾ ਹੀ ਕੱਖ ਨਹੀਂ। ਮੈਂ ਕਹਿੰਦਾ ਕਿ ਪੰਜਾਬ ਵਾਲੇ ਜਾਗਣ ਜੇ ਸੁੱਤੇ ਹੋ ਆ ਤਾਂ। ਦਿੱਲੀ ਦੇ ਵਿੱਚ ਗਰਮੀ ਬੜੀ ਸੀ, ਬੀਬੀ ਆਤਸ਼ੀ ਅਜੇ ਵੀ ਮਰਨ ਵਰਤ 'ਤੇ ਬੈਠੀ ਆ ਕਿ ਸਾਡੇ ਲੋਕਾਂ ਕੋਲ ਪਾਣੀ ਹੈ ਨਹੀਂ। ਇੱਕ ਪਾਣੀ ਹੈ ਨਹੀਂ ਤਾਂ ਦੂਜਾ ਪਾਣੀ ਲੋੜੋਂ ਵੱਧ ਹੋ ਗਿਆ, ਪੀਣ ਵਾਲਾ ਪਾਣੀ, ਨਹਾਉਣ ਵਾਲਾ ਪਾਣੀ, ਰੋਜ਼ ਨਿੱਤ ਪ੍ਰਤੀ ਦੀਆਂ ਕਿਰਿਆਵਾਂ ਜਿਹੜੀਆਂ ਸੋਧਣੀਆਂ ਉਹਦੇ ਲਈ ਜਿਹੜਾ ਲੋੜੀਂਦਾ ਸਾਫ਼ ਪਾਣੀ ਉਹ ਹੈ ਨਹੀਂ। ਪਰ ਸੰਧਾਲੀਆ ਸਾਹਿਬ, ਇੰਨਾ ਮੀਂਹ ਆਇਆ ਦਿੱਲੀ ਦੇ ਵਿੱਚ ਕਿ ਮੈਟਰੋ ਦੇ 25 ਮੈਟਰੋ ਸਟੇਸ਼ਨ ਜਿਹੜੇ ਆ ਉਹਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰਨੇ ਪਏ, ਇੰਨਾ ਮੀਂਹ ਖੜਾ ਆ ਗਿਆ, ਪਾਣੀ ਖੜ ਗਿਆ। ਇੱਥੋਂ ਤੱਕ ਕਿ 5-5 ਫੁੱਟ ਪਾਣੀ ਦਿੱਲੀ ਦੀਆਂ ਬਹੁਤ ਸਾਰੀਆਂ ਸੜਕਾਂ ਦੇ ਉੱਤੇ ਆਮ ਹੀ ਖੜਾ ਸੀ, ਅਤੇ ਜਿੱਥੋਂ ਸੜਕ ਥੋੜ੍ਹੀ ਜਿਹੀ ਨੀਵੀਂ ਉੱਥੇ 6-7 ਫੁੱਟ ਹੋਣਾ ਤਾਂ ਕਾਰਾਂ ਡੁੱਬ ਗਈਆਂ। ਹੁਣ ਇੱਥੋਂ ਤੱਕ ਕਿ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਦਾ, ਉਹਦਾ ਮੇਰੇ ਖਿਆਲ ਟਰਮੀਨਲ ਬਣਦੀ, ਇੱਕ ਬਾਹਰਲੇ ਪਾਸੇ ਛੱਤ ਵੀ ਡਿੱਗੀ ਜਿੱਥੇ ਡਰੋਪ 'ਤੇ ਕਰਨਾ ਹੁੰਦਾ ਲੋਕਾਂ ਨੂੰ। ਹੁਣ ਦਿੱਲੀ 'ਚ 2 ਦਿਨ ਦਾ ਮੀਂਹ ਨਹੀਂ ਸਹਾਰ ਸਕੀ, ਜੇ ਇੰਨਾ ਤਾਬੜਤੋੜ ਮੀਂਹ ਪਿਆ ਤਾਂ ਪੰਜਾਬ ਅਤੇ ਦਿੱਲੀ ਦੇ ਵਿਚਾਲੇ ਇਕੱਲਾ ਹਰਿਆਣਾ ਹੀ ਆਉਂਦਾ ਅਤੇ ਹਰਿਆਣਾ ਪਾਰ ਕਰਨ ਨੂੰ 4 ਘੰਟੇ ਲੱਗਦੇ ਬਾਈ ਰੋਡ। ਜੇ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਮੀਂਹ ਪੈਂਦਾ, ਲੋੜ ਹੈਗੀ ਆ ਮੀਂਹ ਦੀ, ਤਾਂ ਕੀ ਸਾਡੇ ਦਰਿਆ, ਕੀ ਸਾਡੀਆਂ ਨਹਿਰਾਂ, ਕੀ ਸਾਡੇ ਰਜਵਾਹੇ, ਕੀ ਸਾਡੇ ਪਾਣੀ ਦਾ, ਵੈਸੇ ਹੀ ਵਾਧੂ ਪਾਣੀ ਦਾ ਜਿਹੜਾ ਫਲੋ ਕੱਢਿਆ ਹੁੰਦਾ, ਉਨੀ ਸਮਰੱਥਾ ਉਹਨਾਂ ਦੇ ਵਿੱਚ ਹੈਗੀ। ਅਸੀਂ ਪਿਛਲੇ ਸਾਲ ਹੜ੍ਹ ਦੇਖਿਆ, ਅਸੀਂ ਪਿਛਲੇ ਸਾਲ ਬਹੁਤ ਕੁਝ ਜਿਹੜਾ ਉਹ ਸਹਿਣ ਕੀਤਾ, ਲੋਕਾਂ ਦੇ ਪਸ਼ੂ ਮਰੇ, ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ, ਲੋਕਾਂ ਦੇ ਘਰ ਢਿੱਠੇ, ਕਿਤੋਂ ਤਾਂ ਪਾਣੀ ਓਵਰਫਲੋ ਹੋ ਗਿਆ, ਕਿਤੋਂ ਬੰਨਾ ਹੀ ਟੁੱਟ ਗਿਆ, ਕਈ ਕਈ ਮਹੀਨੇ ਪਾਣੀ ਖੜਾ ਰਿਹਾ, ਕਈ ਖੇਤਾਂ ਦੇ ਵਿੱਚ ਅਗਲੀ ਇੱਕ ਫਸਲ ਨਹੀਂ ਬੀਜੀ ਜਾ ਸਕੀ। ਹੁਣ ਠੀਕ ਹੈ, ਮੁੱਖ ਮੰਤਰੀ ਸਾਹਿਬ ਪਿਛਲੇ ਦਿਨ ਘੱਗਰ ਦਰਿਆ ਦੇ ਕੋਲ ਹੋ ਕੇ ਆਏ ਸੀ, ਕਿਹਾ ਸੀ ਕਿ 12-14 ਫੁੱਟ ਇਹਨੂੰ ਹੋਰ ਚੌੜਾ ਕਰੋ, ਆਲੇ ਦੁਆਲੇ ਬੋਰੀਆਂ ਲਾਈਆਂ ਜਾ ਰਹੀਆਂ, ਪਰ ਕੀ ਇਕੱਲੇ ਘੱਗਰ ਦਰਿਆ ਦੀ ਸਮੱਸਿਆ, ਸਤਲੁਜ ਬਿਆਸ ਅਤੇ ਰਾਵੀ ਦੇ ਕੰਢਿਆਂ ਦੇ ਉੱਤੇ ਕੋਈ ਸਮੱਸਿਆ ਨਹੀਂ? ਸਮੱਸਿਆ ਦੇ ਸਾਰੇ ਥਾਂ ਹੈਗੀ ਹੈ। ਉੱਤੇ ਦਿੱਲੀ ਦੀ ਗੱਲ ਸ਼ੁਰੂ ਕੀਤੀ, ਤੁਸੀਂ ਦੇਖੋ ਖਾਸ ਕਰਕੇ ਕਿਉਂਕਿ ਜਿਹੜੇ ਬੰਦੇ ਵਿਦੇਸ਼ਾਂ 'ਚ ਬੈਠੇ ਨੇ, ਬਹੁਤਾ ਕਰਕੇ ਲੋਕਾਂ ਨੂੰ ਏਅਰਪੋਰਟ ਦੀ ਜਿਹੜੀ ਉਹ ਛੱਤ ਡਿੱਗੀ ਉਹਦੇ 'ਤੇ ਬੜੀ ਹੈਰਾਨੀ ਹੈ, ਕਿਉਂਕਿ ਹੁਣ ਉੱਥੇ ਮੌਤ ਵੀ ਹੋਈ ਇੱਕ ਬੰਦੇ ਦੀ, ਉਸ ਤੋਂ ਬਾਅਦ ਜ਼ਖਮੀ ਵੀ ਹੋਏ ਕੁਛ ਲੋਕ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਤਾਂ ਚਲੋ ਬਾਹਰਲਾ ਛੱਜਾ ਜਿਹਾ ਡਿੱਗ ਪਿਆ, ਕਹਿੰਦੇ ਜੀ ਵੀ ਹਾਂ ਪਾਣੀ ਬਹੁਤ ਹੋ ਗਿਆ, ਮੇਰੇ ਦਿਮਾਗ 'ਚ ਮੋਟੀ ਜਿਹੀ ਗੱਲ ਆਉਂਦੀ, ਪਰ ਉਹ ਤਾਂ ਰਿਸਰਚ ਕਰਕੇ ਦੱਸਣਗੇ ਵੀ ਕਾਰਨ ਕੀ ਬਣਿਆ, ਵੀ ਜੇ ਮੀਂਹ ਪਿਆ ਤਾਂ ਉਹ ਢਾਲਵੀਂ ਛੱਡ ਤਿਆ ਕਿਤੇ, ਤਾਂ ਉਹ ਪਨਾਲਾ ਜਿਹਾ ਰੱਖਿਆ ਹੀ ਹੋਊਗਾ, ਇਹਦਾ ਮਤਲਬ ਕਿਸੇ ਨੇ ਹਿਸਾਬ ਹੀ ਨਹੀਂ ਕੀਤਾ, ਕਿਸੇ ਨੇ ਵੇਖਿਆ ਨੇ ਵੀ ਉਹਦੇ 'ਚ ਵੀ ਭਾਈ ਸਾਹਿਬ ਲੋੜ ਲਾੜ ਹੈਗੀ ਆਪਾਂ ਨੂੰ ਬੁਰਸ਼ ਬਰਸ਼ ਮਾਰਨ ਦੀ। ਏ ਬੀ ਸੀ ਡੀ ਕਾਰਨ ਕੋਈ ਵੀ ਹੋਵੇ, ਪਰ ਤੁਸੀਂ ਇਹ ਦੇਖੋ ਕਿ ਵੀ ਜਿੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਨੇ ਜਾਂ ਚੜ੍ਹਦੇ ਨੇ ਜਾਂ ਵਿਦੇਸ਼ਾਂ ਵਾਲਿਆਂ ਦਾ ਸਿੱਧਾ ਸੰਪਰਕ ਰਹਿੰਦਾ, ਜੇ ਆਪਾਂ ਨੂੰ ਇਹ ਲੱਗਦਾ ਵੀ ਆਪਣੇ ਦੇਸ਼ ਦੇ ਇਨਫਰਾਸਟ੍ਰਕਚਰ ਦੇ ਵਿੱਚ ਉੱਥੇ ਵੀ ਕਮਜ਼ੋਰੀਆਂ ਨੇ, ਅਤੇ ਕਿਤੇ ਇੱਦਾਂ ਤਾਂ ਨਹੀਂ ਜਾਪਦਾ ਕਿ ਵੀ ਮਤਲਬ ਆਪਾਂ ਉੱਤੇ ਉੱਤੇ ਹਵਾਈ ਗੱਲਾਂ ਕਰੀ ਜਾਂਦੇ ਹਾਂ, ਅੰਦਰ ਖਾਤੇ ਜਿਹੜੀਆਂ ਚੋਰ ਮੋਰੀਆਂ ਨੇ, ਅਤੇ ਹਰੇਕ ਨੂੰ ਇਹ ਲੱਗਦਾ ਵੀ ਚੱਲ ਯਾਰ ਜਿੱਥੋਂ ਜੋ ਖਾਧਾ ਜਾਂਦਾ ਖਾ, ਮੈਂ ਨਹੀਂ ਆਉਂਦਾ ਵੀ ਉਹ 'ਚੋਂ ਖਾਧਾ ਕਿ ਨਹੀਂ ਖਾਧਾ, ਪਰ ਲੱਭਣ ਦੀ ਕੋਈ ਲੋੜ ਜ਼ਰੂਰ ਹੈਗੀ ਵੀ ਕਿਤੇ ਕੋਈ ਨਕਸ਼ੇ 'ਚ ਕਮੀ ਸੀ, ਕਿਤੇ ਕੋਈ ਡਿਜ਼ਾਇਨ ਦੀ ਪ੍ਰੋਬਲਮ ਸੀ, ਜਾਂ ਫਿਰ ਜਿਹਨੇ ਮਟੀਰੀਅਲ ਬਣਾਇਆ ਉਹਨੇ ਕੋਈ ਕਮੀ ਕਮਜ਼ੋਰੀ ਛੱਡੀ, ਜਾਂ ਫਿਰ ਜਿਹੜਾ ਬਾਅਦ 'ਚ ਰੱਖ ਰਖਾਅ ਕਰਨ ਵਾਲੇ ਲੋਕ ਨੇ ਉਹਨਾਂ ਆਪਣੀ ਡਿਊਟੀ ਨਹੀਂ ਨਿਭਾਈ। ਹੁਣ ਉਹ ਸੇਮ ਐਗਜ਼ਾਮਪਲ ਤੁਸੀਂ ਦੇਖੋ ਵੀ ਇੱਕ ਹਵਾਈ ਅੱਡੇ ਦੀ ਛੱਤ, ਜੇ ਉਹਦੇ 'ਤੇ ਆਪਣਾ ਇੰਨਾ ਕੁ ਹਿਸਾਬ ਕਿਤਾਬ ਹੈ, ਅਤੇ ਤੁਸੀਂ ਜਿਹੜੇ ਦਰਿਆਵਾਂ ਦੀ ਗੱਲ ਕਰਦੇ ਹੋ, ਨਹਿਰਾਂ ਦੀ ਗੱਲ ਕਰਦੇ ਹੋ, ਮੌਨਸੂਨ ਤਾਂ ਇਹਦੇ ਹੈ ਨਹੀਂ ਨਾ ਪਿਆਰ, ਪਤਾ ਨਹੀਂ ਮੀਂਹ ਕੀ ਪਤਾ ਕਦੋਂ ਪੈਣਾ, ਇਹਦੇ ਕਲੀਅਰ ਹੀ ਹੈ ਨਾ ਵੀ ਹਰੇਕ ਸਾਲ ਮੌਨਸੂਨ ਵੀ ਆਉਣੀ ਆ, ਹਰੇਕ ਸਾਲ ਉਹਨਾਂ ਮਹੀਨਿਆਂ ਦੇ ਵਿੱਚ ਮੀਂਹ ਵੀ ਪੈਣਾ, ਉਹਦੇ ਬਾਵਜੂਦ ਵੀ ਤੁਸੀਂ ਇੱਕ ਸਾਲ ਦੀ ਗੱਲ ਕਰਦੇ ਹੋ, ਮੈਨੂੰ ਤਾਂ ਲੱਗਦਾ ਵੀ ਇੱਕ ਨਹੀਂ ਤਾਂ ਇੱਕ ਸਾਲ ਛੱਡ ਕੇ ਹੜ੍ਹ ਆਉਂਦਾ ਹੀ ਆਉਂਦਾ, ਕਦੀ ਕਿਸੇ ਪਾਸੇ ਆ ਜਾਂਦਾ, ਕਦੀ ਕਿਸੇ ਪਾਸੇ ਆ ਜਾਂਦਾ, ਉਹ ਜਿਹੜੇ ਹੜ੍ਹ ਆਉਂਦੇ ਨੇ, ਜੇ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਦਹਾਕਿਆਂ ਤੋਂ ਲੋਕਾਂ ਨੂੰ ਵੀ ਆਦਤ ਪੈ ਗਈ ਹੈ, ਜਿਹੜੇ ਲੋਕ ਮੰਡ 'ਚ ਨੇ, ਜਿਹੜੇ ਲੋਕ ਨੀਵੀਆਂ ਥਾਵਾਂ 'ਤੇ ਬੈਠੇ ਨੇ, ਉਹ ਵੀ ਹੁਣ ਕਰਨ ਲੱਗ ਪਏ ਵੀ ਯਾਰ ਕਿਸੇ ਦੇ 2 ਸਾਲੀ ਪਾਣੀ ਆ ਗਿਆ, ਕਿਸੇ ਦੇ 4 ਸਾਲੀ ਪਾਣੀ ਆ ਗਿਆ, ਉਹ ਰੋੜ ਰਾੜ ਕੇ ਲੈ ਜਾਂਦਾ, ਲੋਕ ਵਿਚਾਰੇ ਮਿਹਨਤ ਕਰਕੇ ਫਿਰ ਸਾਰਾ ਕੁਝ ਬਣਾ ਲੈਂਦੇ ਨੇ, ਲੀਡਰ ਮੁੜ ਕੇ ਫਿਰ 5 ਸਾਲੀ ਜਾ ਕੇ ਵੋਟਾਂ ਮੰਗਣ ਲੱਗ ਪੈਂਦੇ, ਕੋਈ ਚੇਤਾ ਥੋੜ੍ਹਾ ਰੱਖਦਾ ਵੀ ਹਾਂ ਵੀਰ ਮੇਰਾ ਤੇਰਾ ਨੁਕਸਾਨ ਹੋਇਆ ਸੀ ਅਤੇ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਆਪਾਂ ਨੂੰ ਠੀਕ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਜੇ ਲੋਕ ਚੇਤੇ ਰੱਖਣ ਅਤੇ ਉਸ ਤੋਂ ਬਾਅਦ ਆਪਾਂ ਚਿਤਾਇਆ ਕਰੀਏ ਲੀਡਰਾਂ ਨੂੰ,
ਅਤੇ ਹੋ ਸਕਦਾ ਉਹਨਾਂ ਦੇ ਮਨ 'ਚ ਵੀ ਆਵੇ ਵੀ ਨਹੀਂ ਯਾਰ ਜੇ ਮੀਂਹ ਪੈਂਦਾ ਤਾਂ ਆਪਾਂ ਇਹਦਾ ਵੀ ਕੋਈ ਨਾ ਕੋਈ ਹੱਲ ਕਰਨਾ। ਸਿਆਸੀ ਚੋਗਾ ਬਹੁਤ ਪਾਉਂਦੇ ਹੋ ਤੁਸੀਂ, ਅਸੀਂ ਚੋਗੀ ਦਾ ਐਂ ਐਂ ਕਰਕੇ, ਅਤੇ ਲੋਕ ਅਸਲੀ ਚੋਗਾ ਮੰਗਦੇ ਨੇ ਤਾਂ ਪਾਉਣਾ ਪੈਂਦਾ, ਸਾਡਾ ਤਾਂ ਮਨ ਨਹੀਂ ਕਰਦਾ। ਕਿਹਦਾ ਜੀ ਕਰਦਾ ਵੀਰ ਜੀ ਵੀ ਖਰਚ ਕਰੇ ਬੰਦਾ? ਤੁਸੀਂ ਤਾਂ ਘਰੋਂ ਕਰਨਾ ਨਾ। ਨਹੀਂ ਨਹੀਂ ਉਹ ਤਾਂ ਇੱਕ ਵਾਰੀ ਤਾਂ ਕੋਈ ਲੈ ਹੀ ਜਾਂਦਾ ਹੁੰਦਾ ਘਰੇ, ਇੱਕਰਾਂ ਦਾ ਪੂਰਾ ਪੂਰਾ ਕਰਨ ਲਈ ਤਾਂ ਹੁੰਦਾ। ਹੁਣ ਤੁਸੀਂ ਅੱਗੇ ਇੱਕ ਦਿਨ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਇਸ ਵਕਤ ਲੀਡਰ ਸਾਹਿਬਾਨ ਚੁਣੇ ਹੋਏ ਨੇ, ਆਪਾਂ ਦੇਸ਼ 'ਚ ਲਾ ਲਓ ਪੰਜਾਬ 'ਚ ਵੀ ਲਾ ਲਓ, ਉਹਨੂੰ ਕਦੇ ਜਾ ਕੇ ਤਾਂ ਪੁੱਛੋ ਵੀ ਉਹਨੂੰ ਫਿਕਰ ਕਾਹਦਾ? ਉਹ ਕਹਿੰਦਾ ਭਾਅ ਜੀ 27 ਦਾ, 27 'ਚ ਫਿਰ ਚੋਣਾਂ ਭਾਅ ਜੀ। ਉਹ ਕਹਿੰਦੇ ਵੀ 27 'ਚ ਚੋਣਾਂ 'ਤੇ ਫਿਰ ਕੀ? ਉਹਦੇ ਖਰਚ ਬਹੁਤ ਕਰਨਾ ਪੈਂਦਾ ਜੀ, ਖਰਚ ਫਿਰ ਕਿੱਦਾਂ ਕਰਨਾ? ਇਲੈਕਸ਼ਨ ਫਿਰ ਆਈ ਖੜੀ ਆ। ਹਾਂ ਹੁਣ ਸੰਧਾਲੀਆ ਸਭ ਹੋਇਆ ਕਿ ਮੁੱਖ ਮੰਤਰੀ ਨੇ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ, ਡਿਪਟੀ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਅਤੇ ਅਜੀਤ ਪਵਾਰ। ਸਾਂਝੀ ਸਰਕਾਰ ਚੱਲਦੀ ਨੂੰ 2.5 ਸਾਲ ਹੋ ਗਿਆ, ਮੇਰੇ ਖਿਆਲ 3 ਹੀ ਹੋ ਗਿਆ। ਹੁਣ ਚੇਤਾ ਹੀ ਨਾ ਆਇਆ ਕਿ ਭਾਈ ਬੀਬੀਆਂ ਨੂੰ ਰੁਪਈਏ ਦੇਣੇ ਆ, ਸਿਲੰਡਰ ਮੁਫ਼ਤ ਦੇਣੇ ਆ, ਜਾਂ ਫਿਰ ਹੋਰ ਕਈ ਕੁਛ ਉਰਲਮ ਪਰਲਮ। ਹੁਣ ਚੇਤਾ ਆ ਗਿਆ, ਚੇਤਾ ਤਾਂ ਆ ਗਿਆ ਕਿਉਂਕਿ 3 ਮਹੀਨੇ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਨੇ ਮਹਾਰਾਸ਼ਟਰ 'ਚ। ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਹਾਰਾਸ਼ਟਰ ਦੇ ਲੋਕਾਂ ਨੇ ਜਿਸ ਤਰੀਕੇ ਇਹਨਾਂ ਦੇ ਖਿਲਾਫ ਉਧਵ ਠਾਕਰੇ, ਸ਼ਰਦ ਪਵਾਰ ਅਤੇ ਕਾਂਗਰਸ ਦੇ ਹੱਕ 'ਚ ਵੋਟਾਂ ਪਾਈਆਂ, 48-34 ਸੀਟਾਂ ਜਿੱਤ ਗਿਆ। ਸਰਕਾਰ ਉਹਨਾਂ ਦੀ ਬਣਦੀ ਜਾਪਦੀ ਹੈ। ਜੇ ਲੋਕ ਸਭਾ ਚੋਣਾਂ ਦੇ ਪੈਟਰਨ ਦੇ ਉੱਤੇ ਵੋਟਾਂ ਮਹਾਰਾਸ਼ਟਰ 'ਚ ਪੈ ਗਈਆਂ, ਵੱਡਾ ਸੂਬਾ, ਕਿਸੇ ਵੀ ਤਰੀਕੇ ਬੀਜੇਪੀ ਅਤੇ ਉਹਦੇ ਭਾਈ ਵਾਲੇ ਨੂੰ ਗਵਾਉਣਾ ਨਹੀਂ ਚਾਹੁੰਗੇ। ਹੁਣ ਬਜਟ ਪੇਸ਼ ਕੀਤਾ, ਅਜੀਤ ਪਵਾਰ ਫਾਈਨਾਂਸ ਮਿਨਿਸਟਰ ਹੈ, ਉਪ ਮੁੱਖ ਮੰਤਰੀ ਵੀ ਹੈ। ਉਹ ਬੰਦਾ ਕਹਿੰਦਾ ਜੀ ਬੀਬੀਆਂ ਜਿਹੜੀਆਂ ਕਿ 21 ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਹੈ, ਉਹਨਾਂ ਨੂੰ 1500-1500 ਰੁਪਈਆ ਮਹੀਨਾ, ਹਰ ਮਹੀਨੇ ਦੀ 1 ਤਰੀਕ ਨੂੰ ਪਿਛਲੇ ਮਹੀਨੇ ਦਾ 1500 ਰੁਪਈਆ ਬੈਂਕ 'ਚ ਕੜਕ, ਤੁਸੀਂ ਸਵੇਰੇ ਉੱਠਣਾ, 1 ਤਰੀਕ ਨੂੰ ਮੈਸੇਜ ਆਇਆ ਹੋਊਗਾ, ਦੇ ਦਿਓ। ਫਿਰ ਕਹਿੰਦੇ ਜੀ 3-3 ਸਿਲੰਡਰ ਸਾਲ ਦੇ ਫ੍ਰੀ, 4 ਮਹੀਨਿਆਂ ਦਾ 1 ਦੇ ਦਿਓ। ਫਿਰ ਉਹਦੇ ਤੋਂ ਬਾਅਦ ਕਈ ਹੋਰ ਸਹੂਲਤਾਂ ਜੀ, ਜਿਹੜੇ ਕਿਸਾਨ ਨੇ ਉਹਨਾਂ ਨੂੰ ਬਿਜਲੀ ਮੁਫ਼ਤ ਦੇਣੀ ਹੈ। ਸੰਧਾਲੀਆ ਸਾਹਿਬ ਦੇਖੋ, ਪਹਿਲਾਂ ਤਾਂ ਉਧਵ ਠਾਕਰੇ ਮੁੱਖ ਮੰਤਰੀ ਰਿਹਾ ਸਾਲ ਸਵਾ ਸਾਲ, ਫਿਰ ਦੋਨੇ ਪਾਰਟੀਆਂ ਤੋੜੀਆਂ, ਫਿਰ ਬੀਜੇਪੀ ਦੀ ਮਦਦ ਦੇ ਨਾਲ ਏਕਨਾਥ ਸ਼ਿੰਦੇ ਮੁੱਖ ਮੰਤਰੀ ਬਣੇ। ਜੇ ਤਾਂ ਤੁਸੀਂ ਕਹੋ ਕਿ ਮਹਾਰਾਸ਼ਟਰ ਦੇ ਲੋਕਾਂ ਨੂੰ ਇਹਨਾਂ ਫੈਸਲਿਆਂ ਦੀ ਬਹੁਤ ਲੋੜ ਸੀ, ਇਹਨਾਂ ਫੈਸਿਲਿਟੀਜ਼ ਦੀ ਲੋੜ ਸੀ, ਦੇਤੀਆਂ, ਚੰਗਾ, ਪਿਛਲੇ 2 ਸਾਲ ਕਾਹਤੋਂ ਨਹੀਂ ਚੇਤਾ ਆਇਆ? ਨੰਬਰ 2, ਜੇ ਸੰਧਾਲੀਆ ਸਾਹਿਬ ਬਿਜਲੀ ਮੁਫ਼ਤ ਕੀਤਿਆਂ ਪਾਰਟੀਆਂ ਲੜਾਈ ਜਿੱਤਦੀ ਹੁੰਦੀਆਂ ਨਾ, ਤਾਂ ਬਾਦਲ ਸਾਹਿਬ ਨੇ 2017 'ਚ ਹਰਨਾ ਨਹੀਂ ਸੀ, ਅਕਾਲੀ ਦਲ ਨੇ। ਜੇ ਕਿਸਾਨਾਂ ਦੀ ਬਿਜਲੀ ਮੁਫ਼ਤ ਕੀਤੀ ਆ, ਪਾਰਟੀਆਂ ਜਿੱਤਦੀਆਂ ਹੁੰਦੀਆਂ, ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨਾ ਜਾਂਦੀ। ਤਾਂ ਜੇ ਕਿਸਾਨਾਂ ਦੀ ਬਿਜਲੀ ਮੁਫ਼ਤ ਕੀਤੀਆਂ ਵੋਟਾਂ ਪੈਂਦੀਆਂ ਹੁੰਦੀਆਂ, ਤਾਂ ਆਮ ਆਦਮੀ ਪਾਰਟੀ 13 ਦੇ ਵਿੱਚੋਂ ਪੰਜਾਬ ਦੀਆਂ 10 ਸੀਟਾਂ ਨਾ ਹਾਰਦੀ। ਅਤੇ ਦੂਸਰੀ ਗੱਲ, ਕਈ ਸੂਬੇ ਨੇ ਜਿੱਥੇ ਔਰਤਾਂ ਨੂੰ ਰੁਪਈਏ ਦਿੱਤੇ ਜਾਂਦੇ ਆ, ਤਾਂ ਜੇ ਉਹਨਾਂ ਸੂਬਿਆਂ ਦੇ ਵਿੱਚ ਤੁਸੀਂ ਦੇਖੋ ਤਾਂ ਜਿੱਤਿਆ ਕੌਣ ਆ, ਤਾਂ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਜਾਂ ਖੁੱਲ੍ਹੀਆਂ ਰਹਿ ਜਾਣਗੀਆਂ। ਅਤੇ ਨਾਲ ਇਹ ਪੰਜਾਬ ਦੇ ਵਿੱਚ ਵੀ ਫੈਸਲੇ ਗਲਤ ਹੋਏ ਅਤੇ ਮਹਾਰਾਸ਼ਟਰ 'ਚ ਵੀ ਗਲਤ ਹੋਣ ਜਾ ਰਹੇ ਆ। ਜੇ ਪਹਿਲਾਂ ਸਾਰੇ ਹੀ ਕਿਸਾਨਾਂ ਨੂੰ ਕਹਿਤਾ ਸੀ ਬਿਜਲੀ ਮੁਫ਼ਤ ਹੈ, ਚਾਹੇ ਕੋਈ 2 ਏਕੜ ਵਾਲਾ ਚਾਹੇ 100 ਏਕੜ ਵਾਲਾ, ਫੈਸਲਾ ਗਲਤ ਸੀ। ਜੇ ਮੁੜ ਕੇ ਬੱਸਾਂ ਦੇ ਵਿੱਚ ਸਾਰੀਆਂ ਔਰਤਾਂ ਦਾ ਸਫ਼ਰ ਮੁਫ਼ਤ ਕੀਤਾ, ਕੈਪਟਨ ਸਾਹਿਬ ਨੇ ਕੀਤਾ ਸੀ, ਪਰ ਮੁੜ ਕੇ ਪੱਲੇ ਕੀ ਰਿਹਾ? ਜਿਹੜੀ ਬੀਬੀ 1 ਲੱਖ ਰੁਪਈਆ ਮਹੀਨੇ ਦਾ ਕਮਾਉਂਦੀ, ਉਹਦਾ ਵੀ ਸਫ਼ਰ ਮੁਫ਼ਤ, ਜਿਹੜੀ 500 ਕਮਾਉਂਦੀ ਉਹਦਾ ਮੁਫ਼ਤ, ਇਹ ਕੋਈ ਤਰਕਸੰਗਤ ਨਹੀਂ। ਅਤੇ ਜਦੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਤਾਂ ਉਹਨਾਂ ਨੇ ਕਿਹਾ ਤਾ 300-300 ਯੂਨਿਟ ਬਿਜਲੀ ਸਾਰਿਆਂ ਲਈ ਮਾਫ਼, ਵਿੱਤੀ ਤੌਰ ਦੇ ਉੱਤੇ ਕਮਜ਼ੋਰੀ ਦੇਖ ਲੈਂਦੇ ਤਾਂ ਚੰਗਾ ਸੀ, ਪਰ ਸਾਰਿਆਂ ਲਈ ਮਾਫ਼ ਵਾਲਾ ਕੋਈ ਫਾਰਮੂਲਾ ਹੁੰਦਾ ਹੀ ਨਹੀਂ। ਪਰ ਉਹਦੇ ਨਾਲ ਕੀ ਹੈ ਕਿ ਸੂਬੇ ਵਿੱਤੀ ਤੌਰ 'ਤੇ ਕਮਜ਼ੋਰ ਹੋ ਜਾਂਦੇ ਆ। ਹਾਂ ਠੀਕ ਹੈ, ਮਹਾਰਾਸ਼ਟਰ ਵਾਲਿਆਂ ਨੂੰ ਦੀਦਾ ਹੋਊਗਾ ਕਿ ਭਾਈ ਸਾਡਾ ਸੂਤ ਨਹੀਂ ਆਉਂਦਾ, ਪਰ ਮੈਨੂੰ ਇਹ ਨਹੀਂ ਸਮਝ ਆਈ ਸੰਧਾਲੀਆ ਸਾਹਿਬ ਕਿ ਜਿਹੜੇ ਫਾਰਮੂਲੇ ਦੇ ਨਾਲ ਪੰਜਾਬ ਦੇ ਵਿੱਚ ਸਰਕਾਰਾਂ ਨੇ ਬੱਚੀਆਂ ਮਹਾਰਾਸ਼ਟਰ 'ਚ ਵੱਜਣਗੀਆਂ। ਵੇਖੋ, ਮੁਸ਼ਕਲ ਤਾਂ ਇਹੋ ਹੀ ਹੈ ਨਾ ਕਿ ਵੀ ਇਹ ਜਿਸ ਪਾਸੇ ਨੂੰ ਕੰਮ ਤੁਰ ਪਿਆ ਨਾ, ਪੰਜਾਬੀ ਦੇ ਕਹਾਵਤ ਹੁੰਦੇ ਆ ਭੇਡ ਚਾਲ ਜੀ, ਹੈ ਇਹ ਭੇਡ ਚਾਲ ਹੀ ਹੈ ਵੀ ਜਿੱਥੇ ਇੱਕ ਨੇ ਛਾਲ ਮਾਰਤੀ ਉਹ ਲੈਣ ਬੰਨ ਕੇ ਮੁੜ ਕੇ ਸਾਰੀਆਂ ਉੱਥੇ ਹੀ ਛਾਲ ਮਾਰਦੀਆਂ,
ਅਗਲੀ ਨੇ ਨਹੀਂ ਵੇਖਣਾ ਵੀ ਉਹਦਾ ਕੀ ਬਣਿਆ ਜਿਹਨੇ ਛਾਲ ਮਾਰੀ ਸੀਗੀ। ਹੁਣ ਇਹ ਗੱਲ ਠੀਕ ਹੈ ਤੁਹਾਡੀ ਕਿ ਵੀ ਜਦੋਂ ਸਰਕਾਰਾਂ ਇਹ ਸ਼ਗੂਫੇ ਛੱਡਦੀਆਂ ਨੇ ਵੀ ਆ ਇਸ ਚੀਜ਼ ਨਾਲ ਸਾਨੂੰ ਵੋਟਾਂ ਮਿਲ ਜਾਣ, 5 ਸਾਲ ਇਹਦੇ ਨਾਲ ਲੰਘ ਜਾਣ, ਹਾਂ ਉਹ ਟੈਂਪਰੇਰੀ ਇਲਾਜ ਤਾਂ ਹੋ ਸਕਦਾ ਵੀ ਇੱਕਰਾਂ ਤੁਹਾਨੂੰ ਕੁਰਸੀ ਮਿਲ ਗਈ, ਪਰ ਜਾਂ ਤਾਂ ਇਹ ਹੋਏ ਨਾ ਵੀ ਉਹ ਕੁਰਸੀ ਮਿਲਣ ਤੋਂ ਬਾਅਦ ਤੁਸੀਂ ਤਾਂ ਉਮਰ ਦੇ ਲਈ ਰਾਜੇ ਹੀ ਰਹਿਣਾ ਵੀ ਮੁੜ ਕੇ ਕਦੀ ਵੋਟਾਂ ਪੈਣੀਆਂ ਨਹੀਂ, ਅਤੇ ਜਾਂ ਆਪਾਂ ਨੂੰ ਇਹ ਜਾਪਦਾ ਹੋਵੇ ਵੀ 5 ਸਾਲ ਮੁੜ ਕੇ ਯਾਰ ਚਲਾਉਣੀ ਆ ਸਰਕਾਰ, ਜੇ ਕਰਜ਼ ਚੜ੍ਹ ਵੀ ਗਿਆ ਤਾਂ ਕੋਈ ਪਾ ਦੇਵਾਂਗੇ ਅਗਲੇ ਦੇ ਪੇਟੇ ਵੀ ਤੂੰ ਲਾਉਂਦਾ ਰਿਹਾ ਮਿੱਤਰ। ਹੁਣ ਜੇ ਪੰਜਾਬ ਦੇ ਕਰਜ਼ੇ ਦੀ ਅਜੇ ਗੱਲ ਘੱਟ ਹੁੰਦੀ ਹੈ, ਤੁਸੀਂ ਦੇਖੋ ਇਲੈਕਸ਼ਨਾਂ ਦੇ ਨੇੜੇ ਵਿਰੋਧੀ ਪਾਰਟੀ ਨੇ ਕੱਢ ਹੀ ਲਿਆਉਣਾ ਵੀ ਭਾਈ ਪਹਿਲਾਂ ਇੰਨਾ ਕਰਜ਼ਾ ਸੀ, ਹੁਣ ਪੰਜਾਬ ਸਿਰ ਇੰਨਾ ਕਰਜ਼ਾ, ਅਤੇ ਪੰਜਾਬ ਦੇ ਲੋਕਾਂ ਥੋੜ੍ਹਾ ਲਾਉਣਾ, ਨਾ ਅਗਲੇ ਲੀਡਰਾਂ ਲਾਉਣਾ ਜੀ, ਉਹ ਘੁੰਮ ਘੁੰਮਾ ਕੇ ਅਤੇ ਉੱਥੇ ਹੀ ਤੁਰਿਆ ਤੁਰਿਆ ਫਿਰਨਾ ਵੀ ਅਗਲੀ ਰਾਂ ਫੇਰ ਪੰਜਾਬ ਦੇ ਸਿਰ ਚਾੜ੍ਹ ਦਾਂਗੇ ਕਰਜ਼ਾ, ਕਿਹੜਾ ਕੋਈ ਫਰਕ ਪੈਂਦਾ। ਹੁਣ ਸਵਾਲ ਇਹ ਆ ਵੀ ਇਹ ਗੱਲ ਬਿਲਕੁਲ ਠੀਕ ਆ ਵੀ 1500 ਕਹਿੰਦੇ ਵੀ ਅਸੀਂ ਪੈਸੇ ਦੇਵਾਂਗੇ, ਮੈਨੂੰ ਇਹਦੇ 'ਤੇ ਵੀ ਸ਼ੱਕ ਆ, ਪਤਾ ਕਿਉਂ? ਕਦੋਂ ਦੀ ਸਕੀਮ ਚੱਲਦੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਬੇਰੁਜ਼ਗਾਰੀ ਭੱਤਾ, ਕਈ ਸੂਬੇ ਚਲਾਉਂਦੀ ਹੁਣ ਪੰਜਾਬ 'ਚ ਚੱਲਦੇ ਯਾਰ, ਬਜ਼ੁਰਗ ਕਿਤੇ ਕਿੰਨੇ ਕੁ ਹੋਣਗੇ ਪੰਜਾਬ ਦੇ ਵੀ ਆਪਾਂ ਉਦਾਹਰਣ ਲਾ ਲਈਏ ਜਾਂ ਕਿਸੇ ਹੋਰ ਸੂਬੇ ਦੀ ਲਾ ਲਈਏ, ਬੇਰੁਜ਼ਗਾਰ ਕਿਤੇ ਕਿੰਨੇ ਕੁ ਹੋਣਗੇ? ਜੇ ਆਪਾਂ ਉਹਨਾਂ ਨੂੰ ਨਹੀਂ ਦੇ ਸਕਦੇ ਅਤੇ ਇੱਕਦੋਂ ਵੱਢਿਓ ਆਪਾਂ ਪੂਰੇ ਸਟੇਟ ਦੀਆਂ ਬੀਬੀਆਂ ਬਾਰੇ ਫੈਸਲਾ ਕਰ ਲੈਂਦੇ ਵੀ ਭਾਈ ਇਸ ਉਮਰ ਤੋਂ ਲੈ ਕੇ ਇਸ ਉਮਰ ਤੱਕ, ਮੰਨ ਲਓ ਪਰਿਵਾਰ ਹੈ, ਪਰਿਵਾਰ 'ਚ 21 ਤੋਂ 60 ਸਾਲ ਦੀ ਉਮਰ ਗਿਣਤੀ, ਹੋ ਸਕਦਾ ਕਿ ਇਹ ਪਰਿਵਾਰ 4 ਬੀਬੀਆਂ ਹੋਣ ਅਤੇ 15 ਚੌਕੀ 60 ਹੋ ਗਏ, ਫਿਰ 6000 ਰੁਪਈਆ ਤੁਸੀਂ ਹਰੇਕ ਮਹੀਨੇ ਦਿਓਗੇ, ਮਤਲਬ ਕਿਤੇ 500 ਨਹੀਂ ਦਿੱਤਾ ਜਾਂਦਾ, ਕਿਤੇ 750 ਨਹੀਂ ਦਿੱਤਾ ਜਾਂਦਾ, ਮੈਂ ਵੇਖ ਕਿਤੇ 1100 ਨਹੀਂ ਦਿੱਤਾ ਜਾਂਦਾ, ਅਤੇ ਤੁਸੀਂ ਇਹ ਆਉਂਦੇ ਆ ਵੀ ਹਾਂ ਭਾਈ ਸਾਹਿਬ ਉਸ ਇੱਕ ਪਰਿਵਾਰ ਦੇ ਵਿੱਚ 6000 ਰੁਪਈਆ ਜਿਹੜਾ ਹਰੇਕ ਮਹੀਨੇ ਅਸੀਂ ਦਿਆਂਗੇ, ਕੀ ਇਹ ਪੋਸੀਬਲ ਹੈਗਾ? ਅਤੇ ਜੇ ਉਹ ਜਾਪਦਾ ਵੀ ਆਪਾਂ ਥੋੜ੍ਹੇ ਚਿਰ ਦੇ ਲਈ ਆਪਾਂ ਬੰਦੇ ਪਤਿਆ ਕੇ ਅਤੇ ਵੋਟਾਂ ਲੈਣੀਆਂ, ਮੁੜ ਕੇ ਅਗਲੀ ਸਰਕਾਰ ਵੇਖੇ, ਜਿੱਦਾਂ ਤੁਸੀਂ ਹੁਣੇ ਕੈਪਟਨ ਸਾਹਿਬ ਦੀ ਉਹ ਗੱਲ ਕੀਤੀ ਵੀ ਹਾਂ ਵੀ ਉਹ ਰੋਡਵੇਜ਼ ਵਾਲੇ ਵਿਚਾਰੇ ਰੋਜ਼ ਕਿਤੇ ਨਾ ਕਿਤੇ ਸਿਰ ਪੜਵਾਉਂਦੇ ਨੇ ਵੀ ਯਾਰ ਵੀਰ ਮੇਰੇ ਐਂ ਕਰੀਏ ਤਾਂ ਕਰੀਏ ਕੀ, ਪਰ ਚੱਕਰ ਉਹੀ ਆ ਨਾ ਵੀ ਇਹ ਸਿਆਸਤਦਾਨ ਜਾਂ ਤਾਂ ਉਹ ਟੈਂਪਰੇਰੀ ਦਵਾਈ ਦੇ ਨਾਲ ਜਿਹੜਾ ਮਸਲਾ ਚਲਾਉਣ ਵਾਲੇ ਪਾਸੇ ਤੁਰੇ ਨੇ ਨਾ, ਇਹਦੇ ਨਾਲ ਜੇ ਕੋਈ ਇਹ ਆਖੇ ਭਵਿੱਖ ਬੜਾ ਰੋਸ਼ਨ ਹੁੰਦਾ ਜਾਪਦਾ ਨਹੀਂ। ਇੱਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਫੜ ਹੋਇਆ ਸੀ, ਝਾਰਖੰਡ ਦਾ ਸੀ ਉਸ ਵੇਲੇ ਦਾ, ਹੇਮੰਤ ਸੋਰੇਨ ਉਹਦਾ ਨਾਂ, ਅਤੇ ਜਦੋਂ ਉਹ ਫੜ ਹੋਇਆ ਸੀ ਬੰਦਾ, ਉਦੋਂ ਚਰਚਾ ਚੱਲਦੀ ਸੀ ਕਿ ਭਾਈ ਅਰਵਿੰਦ ਕੇਜਰੀਵਾਲ ਹੋਰਾਂ ਦੀ ਵਾਰੀ ਛੇਤੀ ਆ ਸਕਦੀ ਹੈ, ਕਿਉਂਕਿ ਜਿੰਨੇ ਕੁ ਨੋਟਿਸ ਉਹਨਾਂ ਨੂੰ ਦਿੱਤੇ ਸੀ ਉਨੇ ਕੁ ਨੋਟਿਸ ਸੀ ਦੇਰ ਸਵੇਰ ਜਿਹੜਾ ਇਹ ਅਰਵਿੰਦ ਕੇਜਰੀਵਾਲ ਨੂੰ ਵੀ ਗਏ ਸੀ। ਹੁਣ 5 ਮਹੀਨਿਆਂ ਦੇ ਬਾਅਦ ਹੇਮੰਤ ਸੋਰੇਨ, ਝਾਰਖੰਡ ਦਾ ਸਾਬਕਾ ਮੁੱਖ ਮੰਤਰੀ, ਜਿਹਨੂੰ ਪੁਲਿਸ ਕਸਟਡੀ ਦੇ ਵਿੱਚ ਜਾ ਕੇ ਰਾਜਪਾਲ ਦੇ ਕੋਲ ਅਸਤੀਫਾ ਦਵਾਇਆ ਗਿਆ ਸੀ, ਜ਼ਮਾਨਤ ਹੋ ਗਈ। ਬੀਬੀ ਕਲਪਨਾ ਸੋਰੇਨ, ਜਿਨ੍ਹਾਂ ਨੇ ਕਈ ਰੈਲੀਆਂ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ ਬੀਬੀ ਸੁਨੀਤਾ ਕੇਜਰੀਵਾਲ ਹੋਰਾਂ ਦੇ ਨਾਲ, ਉਹ ਸਾਰੇ ਦਾ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਹੁਣ ਹੋਣ ਲੱਗ ਪਿਆ। ਅਚਾਨਕ ਹਾਈਕੋਰਟ ਨੇ ਜ਼ਮਾਨਤ ਦਿੱਤੀ, ਬੀਬੀ ਕਲਪਨਾ ਸੋਰੇਨ ਬਾਹਰ, ਪਾਰਟੀ ਦੇ ਲੀਡਰ ਬਾਹਰ, ਉਹਨਾਂ ਨੇ ਵੈਸੇ ਲੱਡੂ ਉਦੋਂ ਵੰਡੇ ਜਦੋਂ ਬਾਹਰ ਆ ਗਏ, ਉਹਨਾਂ ਨੇ ਪਹਿਲਾਂ ਨਹੀਂ ਵੰਡੇ ਜਿੱਦਾਂ ਇਹਨਾਂ ਨੇ ਵੰਡਤੇ ਆਮ ਆਦਮੀ ਪਾਰਟੀ ਵਾਲੇ। ਜਿਹੜੀ ਗੱਲ ਹੇਮੰਤ ਸੋਰੇਨ ਨੇ ਆ ਕੇ ਆਖੀ ਉਹ ਬੜੀ ਇੰਪੋਰਟੈਂਟ ਸੰਧਾਲੀਆ ਸਾਹਿਬ, ਉਹ ਕਹਿੰਦੇ ਜੱਜਮੈਂਟ ਪੜਿਓ ਜਿਹੜੀ ਝਾਰਖੰਡ ਦੀ ਹਾਈਕੋਰਟ ਨੇ ਮੈਨੂੰ ਜ਼ਮਾਨਤ ਦਿੰਦਿਆਂ ਦਿੱਤੀ ਹੈ, ਕਿਉਂਕਿ ਉਹਨੂੰ ਤਾਂ ਕੇਸ ਚੱਲਿਆ ਸੀ ਕਿ 1.5-2 ਏਕੜ ਸਰਕਾਰੀ ਜ਼ਮੀਨ ਉਹਨਾਂ ਨੇ ਦੱਬ ਲਈ ਆਪਣੇ ਨਾਂ ਕਰਾ ਲਈ। ਉਹ ਕਹਿੰਦੇ ਕਿ ਮੈਂ ਬਾਰ ਬਾਰ ਕਹਿੰਦਾ ਕਿ ਮੈਨੂੰ ਦਿਖਾਓ, ਮੈਨੂੰ ਦੇ ਦਿਓ ਫਰਦ ਕਿ ਮੇਰੀ ਜ਼ਮੀਨ ਉਹ ਹੈ ਕਿੱਥੇ, ਮੈਨੂੰ ਵੀ ਤਾਂ ਪਤਾ ਹੋਵੇ। ਫਿਰ ਉਹ ਕਹਿੰਦੇ ਜੀ ਮੇਰੇ 'ਤੇ ਇੱਕ ਦੋਸ਼ ਲੱਗਾ ਕਿ ਇਹਨਾਂ ਨੇ ਬਹੁਤ ਆਲੀਸ਼ਾਨ ਇੱਕ ਬੈਂਕੁਟ ਹਾਲ ਜਿਹੜਾ ਮੈਰਿਜ ਪੈਲਸ ਹੁੰਦਾ ਉਹ ਬਣਾਇਆ, ਕਹਿੰਦੇ ਮੈਨੂੰ ਵੀ ਦੱਸ ਦਿਓ ਮੇਰਾ ਮੈਰਿਜ ਪੈਲਸ ਕਿੱਥੇ ਹੈ। ਅਤੇ ਹੁਣ ਕਹਿੰਦੇ ਹਾਈਕੋਰਟ ਨੇ ਜਦੋਂ ਜ਼ਮਾਨਤ ਦਿੱਤੀ ਹੈ, ਹੇਮੰਤ ਸੋਰੇਨ ਦਾ ਕਹਿਣਾ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ, ਹੁਣ ਬਿਰਸਾ ਮੁੰਡਾ ਜੇਲ੍ਹ ਹੈ ਬੜੀ ਮਸ਼ਹੂਰ ਜੇਲ੍ਹ, ਉਹ ਕਹਿੰਦੇ ਜੀ ਹਾਈਕੋਰਟ ਦੇ ਜੱਜ ਸਾਹਿਬਾਨਾਂ ਨੇ ਜਦੋਂ ਫੈਸਲਾ ਦਿੱਤਾ, ਅਸੀਂ ਅਜੇ ਪੜ੍ਹਿਆ ਤਾਂ ਨਹੀਂ, ਉਹ ਕਹਿੰਦੇ ਉਹਦੇ ਵਿੱਚ ਕਹਿੰਦੇ ਜੀ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਭਾਈ ਕੇਸ ਦੇ ਵਿੱਚ ਇੱਦਾਂ ਦੀ ਕੋਈ ਗੱਲ ਹੀ ਨਹੀਂ, ਸਾਹਮਣੇ ਆ ਕੇ ਮੁੱਖ ਮੰਤਰੀ ਦਾ ਕੋਲ ਲੈਣਾ ਦੇਣਾ, ਜ਼ਮਾਨ ਦਿਓ। ਹੁਣ ਜੇ ਹੇਮੰਤ ਸੋਰੇਨ ਬਾਹਰ ਆ ਗਏ ਆ, ਮੈਨੂੰ ਨਹੀਂ ਪਤਾ ਉਹ ਦੋਸ਼ੀ ਆ ਕਿ ਨਹੀਂ, ਕਿਉਂਕਿ ਜ਼ਮਾਨਤ ਮਿਲੀ ਹੈ, ਦੋਸ਼ ਮੁਕਤ ਨਹੀਂ ਹੋਏ। ਜੇ ਹੇਮੰਤ ਸੋਰੇਨ ਬਾਹਰ ਆ ਸਕਦੇ ਆ, ਆਸ ਦੂਜੇ ਨੂੰ ਵੀ ਹੋ ਗਈ। ਨਹੀਂ ਨਹੀਂ ਆਸ ਕਿੱਦਾਂ ਹੋ ਗਈ, ਹੇਮੰਤ ਸੋਰੇਨ ਉਹਨਾਂ ਨੂੰ ਇੱਕ ਬੰਦੇ ਨੇ ਫੜਿਆ ਨਾ, ਇੱਕ ਏਜੰਸੀ ਨੇ, ਇੱਧਰ ਦੋ ਨੇ,
ਨਹੀਂ ਤਾਂ ਮਹੀਨੇ ਵੀ ਤੂੰ ਤਿੰਨ ਚਾਰ ਉੱਧਰ ਹੋਈ ਗਿਆ ਤੂੰ ਉਹਦੇ ਨਾਲ ਵੀ ਫਰਕ ਪੈਂਦਾ ਹੱਦ ਹੋ ਗਈ ਮਹਾਰਾਜ ਤੁਸੀਂ ਦੇਖੋ ਵੀ ਤਿੰਨ ਨਹੀਂ ਬਾਹਰ ਆਉਣ ਦੇਣੇ ਨਹੀਂ ਮੇਰੀ ਵੱਲੋਂ ਤਾਂ ਸਵੇਰੇ ਲੈ ਆਓ ਸਾਰੇ ਲੈ ਆਓ ਬਾਹਰ ਮੈਨੂੰ ਕਿਤਰਾ ਜਾ ਮੈਂ ਤਾਂ ਇਹ ਬੇਨਤੀ ਕਰਦਾ ਵੀ ਦੇਖੋ ਇੱਕ ਇੱਕ ਚੀਜ਼ ਦਾ ਲੌਜਿਕ ਕਿਸੇ ਥਾਂ ਦੇ ਉੱਪਰ ਚੱਲਦਾ ਕਿਸੇ ਥਾਂ 'ਤੇ ਨਹੀਂ ਚੱਲਦਾ ਹੁਣ ਤੁਸੀਂ ਦੇਖੋ ਵੀ ਲਗਭਗ ਇਹੋ ਜਿਹੇ ਕੇਸ ਸੀਗਾ ਜਿਹਦੇ ਕੇਸ ਦੇ ਵਿੱਚ ਸੰਜੇ ਸਿੰਘ ਹੋਰੀ ਅੰਦਰ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਅੰਦਰ ਹੀ ਸੀਗੀ ਉਸ ਤੋਂ ਬਾਅਦ ਜ਼ਮਾਨਤ ਮਿਲ ਗਈ ਅੱਜ ਦੀ ਡੇਟ 'ਚੋਂ ਫਿਰ ਆ ਸਭਾ ਮੈਂਬਰ ਨੇ ਇਹੋ ਹੀ ਕੇਸ ਸੀਗਾ ਜਿਹਦੇ 'ਚ ਸਤਿੰਦਰ ਜੈਨ ਹੋਣੀ ਸਭ ਤੋਂ ਪਹਿਲੀਆਂ 'ਚ ਗਏ ਨੇ ਬੰਦਾ ਅਜੇ ਤੱਕ ਨਹੀਂ ਬਾਹਰ ਆਇਆ ਹਾਂ ਵੀਡੀਓ ਜ਼ਰੂਰ ਬਾਹਰ ਆ ਗਈਆਂ ਪਿੰਜਣੀਆਂ ਪੁੰਜਣੀਆਂ ਜਾਂ ਘੁੱਟਦਿਆਂ ਦੀਆਂ ਉਹ ਤੋਂ ਬਾਅਦ ਜਾਂ ਜੇ ਥੋੜ੍ਹੇ ਚਿਰ ਦੇ ਲਈ ਮੇਰਾ ਖਿਆਲ ਉਹ ਜਿਹੜੇ ਸਿਸੋਦੀਆ ਸਾਹਿਬ ਨੇ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੇ ਲਈ ਜ਼ਮਾਨਤ ਮਿਲ ਗਈ ਅਤੇ ਜਾਂ ਹੁਣ 20-21 ਦਿਨ ਜਿਹੜੇ ਪ੍ਰਚਾਰ ਦੇ ਲਈ ਕੇਜਰੀਵਾਲ ਸਾਹਿਬ ਬਾਹਰ ਲਾ ਗਏ ਉਹਦੇ ਤੋਂ ਬਿਨਾਂ ਜਿਸ ਹਿਸਾਬ ਨਾਲ ਇਸ ਵਕਤ ਤੋਂ ਚੂੜੀ ਟੈਟ ਹੋਈ ਹੈ ਕਦੀ CBI ਵਾਲੇ ਲੈ ਗਏ ਕਦੀ ED ਵਾਲੇ ਲੈ ਗਏ ED ਵਾਲਿਆਂ ਕੋਲੋਂ ਬਚਾ ਆਏ ਤਾਂ CBI ਵਾਲੇ ਲੈ ਗਏ ਹੁਣ CBI ਵਾਲੇ ਕੇਸ ਬਣਾ ਬਣੂ ਕੇ ਕਰਨਗੇ ਹੋ ਸਕਦਾ ਲੜਾਈ ਲੜਨ ਹੇਠਲੀ ਕੋਰਟ 'ਚੋਂ ਹੋ ਸਕਦਾ ਵੀ CBI ਦੇ ਕੇਸ ਦੇ ਵਿੱਚ ਵੀ ਉਹ ਜ਼ਮਾਨਤ ਲੈ ਲੈਣ ਉਹਨੇ ਜਿਹਨੂੰ ED ਵਾਲੇ ਆ ਗਏ ਸਾਨੂੰ ਚੇਤੇ ਆ ਗਿਆ ਜੀ ਉੱਦਣ ਸਾਡੀ ਇੱਕ ਰਹਿ ਗਈ ਸੀ ਗੱਲ ਮਾਰੇ ਸਾਡੀ ਗੱਲ ਜ਼ਰੂਰ ਸੁਣਿਓ ਹੁਣ ਜੇ ਕੁਛ ਚੱਲਦਾ ਰਿਹਾ ਤਾਂ ਮੈਨੂੰ ਆਸ ਘੱਟ ਲੱਗਦੀ ਹੈ ਵੀ ਕੇਜਰੀਵਾਲ ਸਾਹਿਬ ਛੇਤੀ ਬਾਹਰ ਆਉਣਗੇ ਕਿਉਂਕਿ ਤੁਸੀਂ ਦੇਖੋ ਨਾ ਵੀ ਜਿਹੜੀ 2025 ਵਾਲੀ ਦਿੱਲੀ ਵਿਧਾਨ ਸਭਾ ਦੀ ਚੋਣ ਆ ਉਹ ਤਾਂ ਫਿਕਸ ਆ ਨਾ ਸੰਧਾਲੀਆ ਸਾਹਿਬ ਚਲੋ ਬਾਹਰ ਆਉਂਦੇ ਕਿ ਨਹੀਂ ਆਉਂਦੇ ਪਤਾ ਨਹੀਂ ਪਰ ਜਿੰਨੇ ਵੀ ਵੱਧ ਦਿਨ ਉਹ ਅੰਦਰ ਰਹਿੰਦੇ ਆ ਆਮ ਆਦਮੀ ਪਾਰਟੀ ਨੂੰ ਉਹਦਾ ਨੁਕਸਾਨ ਹੋਣਾ ਕਿਉਂਕਿ ਹਮਦਰਦੀ ਲਹਿਰ ਤਾਂ ਉਹਨਾਂ ਦੇ ਅੰਦਰ ਆਉਣ ਦੀ ਚੱਲ ਨਹੀਂ ਸਕੀ ਇਸੇ ਕਰਕੇ ਦਿੱਲੀ 'ਚ ਕੋਈ ਸੀਟ ਜਿਹੜੀ ਉਹ ਜਿੱਤੀ ਨਹੀਂ ਜਿਹੜੀ ਇੱਕ ਗੱਲ ਦੀ ਆਸ ਸੀ ਕਿ ਭਾਈ ਸ਼ਾਇਦ ਹਮਦਰਦੀ ਲਹਿਰ ਚੱਲ ਜੂ ਉਹ ਹੈ ਨਹੀਂ ਦਿਨ ਸੀਮਤ ਨੇ ਆਪਾਂ ਮੰਨ ਕੇ ਚੱਲਦੇ ਹਾਂ ਕਿ 200 ਦਿਨ ਬਾਕੀ ਨੇ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਸੋ ਜੇ 200 ਦਿਨਾਂ ਦੇ ਵਿੱਚੋਂ 40 ਦਿਨ ਵੀ ਹੋਰ ਅੰਦਰ ਰਹਿ ਗਏ ਤਾਂ ਉਹ ਕਿੰਨੇ ਬਣਦੇ ਆ 20% ਬਣਦੇ ਆ ਸੋ 20% ਟਾਈਮ ਜੇ ਖੱਜਲ ਹੋ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਤਾਂ ਹਾਲਾਤ ਕਿੱਧਰਲੇ ਪਾਸੇ ਜਾਣਗੇ ਤੁਸੀਂ ਆਪ ਦੇਖ ਲਓ ਬਾਕੀ ਇੰਨਾ ਜ਼ਰੂਰ ਹੈ ਕਿ ਗੱਲਾਂ ਭਾਵੇਂ ਆਪਾਂ ਸਾਰੀਆਂ ਕੀਤੀਆਂ ਪਰ ਨਜ਼ਰਾਂ ਅਕਾਲੀ ਦਲ ਦੇ ਉੱਤੇ ਟਿਕੀਆਂ ਰਹਿਣਗੀਆਂ 1 ਜੁਲਾਈ ਸੰਧਾਲੀਆ ਸਾਹਿਬ ਆਉਣ ਵਾਲੀ ਹੈ ਜਿਹੜੀ ਚੀਜ਼ ਲਿਖਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬਾਗੀ ਲੀਡਰ ਦੇ ਕੇ ਆਉਣਗੇ ਉਹਦੇ ਹੋ ਸਕਦਾ ਕਿ ਉਤਾਰਾ ਉਹਦੀ ਇੱਕ ਅੱਧੀ ਕਾਪੀ ਮੀਡੀਆ ਨੂੰ ਵੀ ਭੇਜ ਦੇਣ ਫਿਰ ਉਹਦੇ ਵਿੱਚੋਂ ਅਸਲ ਕਹਾਣੀ ਪਤਾ ਲੱਗਣੀ ਹੈ ਕਿ ਲੜਾਈ ਕਿੱਡਾ ਕੁ ਤਿੱਖਾ ਮੋੜ ਕੂਣੀ ਮੋੜ ਲੈ ਚੁੱਕੀ ਹੈ ਬਿਲਕੁਲ ਸਹੀ ਗੱਲ ਹੈ ਬਾਕੀ ਚਲੋ ਅਸੀਂ ਤਾਂ ਆਸ ਉਮੀਦ ਕਰਦੇ ਹਾਂ ਵੀ ਇਹ ਜੋ ਕੁਛ ਵੀ ਹੈ ਇਹ ਨਜਿੱਠਿਆ ਜਾਵੇ ਜੀ ਅਤੇ ਜਿਹੜੀ ਗੱਲ ਆਪਾਂ ਸਟਾਰਟਿੰਗ 'ਚ ਕੀਤੀ ਸੀ ਵੀ ਕੁਝ ਲੀਡਰ ਵੱਡੇ ਲੀਡਰ ਕਦਬੋਤ ਵਾਲੇ ਲੀਡਰ ਜਿਹੜੇ ਕਿ ਅਜੇ ਨਹੀਂ ਕੁਛ ਬੋਲ ਰਹੇ ਉਹਦੇ 'ਚ ਆਪਾਂ ਇੱਕ ਲੀਡਰ ਦਾ ਹੋਰ ਨਾਂ ਨਹੀਂ ਸੀ ਲਿਆ ਉਹ ਸੀ ਕੈਰੋਂ ਪਰਿਵਾਰ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਨਹੀਂ ਉਹ ਤਾਂ ਪਾਰਟੀ 'ਚ ਨਹੀਂ ਹੈਗੇ ਨਾ ਇਹ ਨਹੀਂ ਭਾਵੇਂ ਉਹ ਬਾਹਰ ਨੇ ਪਰ ਫਿਰ ਵੀ ਟਿੱਪਣੀ ਤਾਂ ਹੁੰਦੀ ਹੈ ਨਾ ਯਾਨੀ ਬਾਹਰ ਜਿੱਥੇ ਜਿਹੜੇ ਇੱਕ ਅੰਦਰ ਬੰਦਾ ਉਹਦੀ ਟਿੱਪਣੀ ਨਹੀਂ ਤਾਂ ਜਿਹੜਾ ਬੰਦਾ ਬਾਹਰ ਯਾਰ ਤੁਹਾਡਾ ਮੈਨੂੰ ਸਮਝ ਨਹੀਂ ਆਉਂਦਾ ਕੱਲ ਨੂੰ ਸਮਝਾਇਆ ਉਹਨਾਂ ਟਾਈਮ ਹੋ ਗਿਆ ਕੋਈ ਨਹੀਂ ਕਿ ਨਹੀਂ ਉਹਨਾਂ ਦਾ ਕਿਹਨਾਂ ਦਾ ਕੈਰਮ ਪਰਿਵਾਰ ਦਾ ਬਾਹਰ ਕੱਢਿਆ ਉਹ ਅੱਛਾ ਚਲੋ ਫਿਰ ਠੀਕ ਹੈ ਤਾਂ ਬਾਗੀਆਂ ਨਾਲ ਚਲੇ ਜਾਣਾ ਜੇ ਬਾਹਰ ਕੱਢੇ ਚਲੋ ਖੈਰ ਕਿਸੇ ਪਾਸੇ ਵੀ ਇਹ ਤਾਂ ਉਹਨਾਂ ਨੇ ਨਜਿੱਠਣਾ ਆਪਾਂ ਚੱਲੀਏ ਹੁਣ ਬਹੁਤ ਸ਼ੁਕਰੀਆ ਲਓ ਜੀ ਪ੍ਰੋਗਰਾਮ ਦੀ ਸਮਾਪਤੀ ਹੈ ਫੀਡਬੈਕ ਤੁਸੀਂ ਆਪਣੀ ਭੇਜ ਦੇ ਰਹੇ ਨੇ ਉਹਦੇ ਲਈ ਬੜੇ ਧੰਨਵਾਦੀ ਹਾਂ ਦੇਖਦੇ ਰਹਿਣਾ ਪ੍ਰਾਈਮ ਮਿਨਿਸਟਰ TV ਤੁਹਾਡਾ ਆਪਣਾ ਤੁਹਾਡੇ ਲਈ